ਪਾਵਨ ਪਵਿੱਤਰ ਹਜੂਰੀ ਵਿੱਚ ਸਜ ਬੈਠੀ ਗੁਰੂ ਪਿਆਰੀ ਗੁਰੂ ਸواری ਸਤ ਸੰਗਤ ਜਿਉ ਕਲ ਸੰਧਿਆ ਦੇ دیਵਾਨਾਂ ਵਿੱਚ ਆਪ ਸਭ ਸੰਤਾਂ ਨੇ ਬਹੁਤ ਸ਼ਰਧਾ ਬਹੁਤ ਪ੍ਰੇਮ ਦੇ ਨਾਲ ਸਰਵਣ ਕਰਨਾ ਕੀਤਾ ਕਿ ਭਾਈ ਮਰਦਾਨਾ ਜੀ ਨੂੰ ਜੰਗਲ ਦੇਵੀ ਚ ਕੌੜੇ ਰਾਖਸ਼ ਨੇ ਪਕੜ ਲਿਆ ਕੈਦ ਕਰ ਲਿਆ ਉਹ ਆਪਣੇ ਅਸਾਂ ਤੇ ਲੈ ਗਿਆ ਤੇਲ ਦਾ ਵੱਡਾ ਸਾਰਾ ਕੜਾਹਾ ਉਹਨੂੰ ਸਾਂ ਸੰਗਤ ਜੀ ਪਖਾਉਣ ਲੱਗਿਆ ਥੱਲੇ ਅੱਗ ਲਾ ਦਿੱਤੀ ਇਹ ਕਰਦਾ ਕੀ ਸੀ ਜੋ ਵੀ ਇਹਨੂੰ ਪਸ਼ੂ ਪੰਛੀ ਜਾਨਵਰ ਜੋ ਵੀ ਮਿਲਦੇ ਸਨ ਕੜਾਹੀ ਦੇ ਵਿੱਚ ਪਾਉਣੇ ਅੱਗ ਬਾਲ ਦੇਣੀ ਭੁੰਨ ਕੇ ਖਾ ਜਾਣਾ ਇਹ ਹੀ ਇਹਦਾ ਖਾਜਾ ਹੁੰਦਾ ਸੀਗਾ ਭਾਈ ਮਰਦਾਨੇ ਨੂੰ ਪਕੜ ਲਿਆ ਕੋਡੇ ਰਾਖਸ਼ ਨੇ ਹੁਣ ਸਾਧ ਸੰਗਤ ਜੀ ਕੋਡੇ ਰਾਖਸ਼ ਨੇ ਕਿਉਂ ਪਕੜਿਆ ਕਿਉਂਕਿ ਭਾਈ ਮਰਦਾਨੇ ਨੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਨਹੀਂ ਮੰਨਿਆ ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਕੰਮੇ ਕੌੜੇ ਹੋਏ ਦੇ ਜਿਤੜੇ ਮਾਇਆ ਪੋਗ ਅਗਰ ਗੁਰੂ ਤੋਂ ਬੇਮਖ ਹੋ ਜਾਈਏ ਗੁਰੂ ਦੀ ਗੱਲ ਨਾ ਮੰਨਿਏ ਤਾਂ ਸੰਗਤ ਜੀ ਇਸ ਮਨੁੱਖ ਨੂੰ ਦੁੱਖਾਂ ਦਾ ਸਾਹਮਣਾ ਕਰਨਾ ਪਏਗਾ ਗੁਰੂ ਦੇ ਹੁਕਮ ਮੰਨਣ ਵਿੱਚ ਸੁਖ ਹੈ ਅਤੇ ਗੁਰੂ ਦੇ ਹੁਕਮ ਨਾ ਮੰਨਣ ਦੇ ਵਿੱਚ ਦੁੱਖ ਹੈ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਹੁਤਾ ਰੋਕਿਆ ਪੁੱਤਰ ਨਾ ਜਾ ਸਾਨੂੰ ਛੱਡ ਕੇ ਅਰੰਭ ਖੁਦ ਕਹਿ ਰਿਹਾ ਬੱਚਾ ਸਾਨੂੰ ਛੱਡ ਕੇ ਨਾ ਜਾ ਜੀ ਉਹ ਕਹਿੰਦਾ ਮੈਂ ਤੇਰੇ ਲਾਗੇ ਨਹੀਂ ਰਹਿਣਾਗਾ ਮੈਂ ਸੰਸਾਰ ਦੇ ਵਿੱਚ ਜਾਣਾ ਹੈ ਤੇ ਸੰਸਾਰ ਦੇ ਵਿੱਚ ਸਾਧ ਸੰਗਤ ਜੀ ਕੀ ਹੈ ਦੁੱਖ ਤਕਲੀਫ ਵਿਕਰ ਚਿੰਤਾ ਆਇਥੇ ਰੋ ਜਾ ਕੇ ਬਹਿ ਜੰਨੇ ਆਪਾਂ ਕਿਉਂ ਕਿਉਂਕਿ ਇੱਥੇ ਸਾਨੂੰ ਪੀਸ ਆਫ ਮਾਈਂਡ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਆਨੰਦ ਮਿਲਦਾ ਹੈ ਇਹ ਆਨੰਦ ਖਰੇ ਸਾਨੂੰ ਕਿਤੇ ਹੋਰ ਨਾ ਮਿਲਦਾ ਹੋਵੇ ਇੱਥੇ ਸਾਹ ਸੰਗਤ ਜੀ ਸਾਨੂੰ ਆਤਮਿਕ ਸੁਖ ਮਿਲਦਾ ਹੈ ਇਹਨੇ ਕਿ ਪ੍ਰਮਾਤਮਾ ਇੱਥੇ ਹੀ ਹੈ ਸਾਡੇ ਘਰਾਂ ਚ ਨਹੀਂ ਹੈਗਾ ਸਾਡੇ ਗਲੀਆਂ ਬਾਜ਼ਾਰਾਂ ਚ ਸਭ ਕਿਤੇ ਉਹਨਾਂ ਹੀ ਪ੍ਰਮਾਤਮਾ ਹੈ ਪਰ ਭਾਵਨਾ ਬਣ ਗਈ ਇਹ ਗੁਰੂ ਦਾ ਕਰਮ ਹੈ ਜਦੋਂ ਸਾਧ ਸੰਗਤ ਜੀ ਅਸੀਂ ਹਰ ਜਗ੍ਹਾ ਗੁਰੂ 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 ਦਾ ਘਰ ਸਮਝ ਬੈਠਾਂਗੇ ਪਰ ਜੋ ਆਨੰਦ ਇੱਥੇ ਆ ਉਹ ਉੱਥੇ ਵੀ ਹੋਏਗਾ ਹਿਰਦਾ ਜਦੋਂ ਗੁਰੂ ਦਾ ਬਣ ਜਾਏਗਾ ਤਾਂ ਫਿਰ ਹਿਰਦੇ ਦੇ ਵਿੱਚ ਦੁੱਖ ਕਿਵੇਂ ਆਪਾਂ ਸਵੇਰੇ ਵਿਚਾਰ ਕੀਤੀ ਜਿਵੇਂ ਖਰੇ ਆਪ ਜੀ ਨੂੰ ਯਾਦ ਹੋਏਗਾ ਬੰਦੇ ਦੀ ਇੰਨੀ ਪਹੁੰਚ ਹੈਸियत ਔਕਾਤ ਨਹੀਂ ਹੈਗੀ ਕਿ ਪਰਮਾਤਮਾ ਨੂੰ ਜਾਣ ਸਕੇ ਦਰਸ਼ਨ ਕਰ ਸਕੇ ਸਾਖਸ਼ਤ ਕਰ ਕਰ ਸਕੇ ਨਿਰਗੁਣ ਪਰਮੇਸ਼ਰ ਨੂੰ ਸਰਗੁਣ ਗੁਰੂ ਹੀ ਜਾਣੇਗਾ ਨਿਰਗੁਣ ਪਰਮੇਸ਼ਰ ਨੂੰ ਸਰਗੁਣ ਪਰਮੇਸ਼ਰ ਅਰਥਾਤ ਸਤਗੁਰੂ ਹੀ ਜਾਣੇਗਾ ਜਦੋਂ ਸਿੱਖ ਆਪਣੇ ਅੰਦਰੋਂ ਹਉਮੈ ਖਤਮ ਕਰ ਦੇਗਾ ਮੈਂ ਮੇਰੀ ਖਤਮ ਕਰ ਦੇਗਾ ਆਪਣੀ ਮਨਮਰਜ਼ੀ ਖਤਮ ਕਰਕੇ ਆਪਣੀ ਮਤ ਖਤਮ ਕਰਕੇ ਗੁਰੂ ਦੀ ਮਤ ਲੈ ਕੇ ਆਏਗਾ ਪਰਮਾਤਮਾ ਦੇ دیدار ਹੋ ਜਾਣਗੇ ਕਦੀ ਜੀਵ ਪਰਮੇਸ਼ਰ ਦੇ دیدار ਨਹੀਂ ਕਰ ਸਕਦਾ ਕਦੀ ਜੀਵ ਪਰਮੇਸ਼ਰ ਨੂੰ ਭੁੱਲ ਨਹੀਂ ਸਕਦਾ ਜਦੋਂ ਆਪਣੀਆਂ ਅੱਖੀਆਂ ਦੇ ਵਿੱਚ ਗੁਰੂ ਦੀ ਸੋਚ ਪਾ ਲਈਏ ਤਾਂ ਇਹ ਹੀ ਅੱਖੀਆਂ ਹਰ ਜਗ੍ਹਾ ਫਿਰ ਕਲਗੀ ਧਰਮ ਨੂੰ ਵੇਖਦੀਆਂ ਜਦੋਂ ਆਪਣੀ ਸੋਚ ਨੂੰ ਤਿਆਗ ਕੇ ਗੁਰੂ ਦੀ ਸੋਚ ਅਪਣਾ ਲਈਏ ਤਾਂ ਉਸ ਮਾਹੀ ਪਿਆਰੇ ਪ੍ਰੀਤਮ ਦੇ ਸਾਥ ਸੰਗ ਜਿਦਦਾਰ ਹੋ ਜਾਂਦੇ ਐ ਕਦੇ ਸੋਚ ਕੇ ਦੇਖੀਏ ਭਾਈ ਕਨਈਏ ਦੀ ਸੋਚਣੀ ਕਿੰਨੀ ਕੈਸੀ ਹੈ ਕਿਆ ਆਨੰਦ ਹੈ ਉਹਦੇ ਵਿੱਚ ਉਹਦੇ ਹਿਰਦੇ ਦੇ ਵਿੱਚ ਸਕੂਨ ਕਿਹਦਾ ਹੋਏਗਾ ਰਾਇ ਬਲਾਰ ਦੀਆਂ ਅੱਖਾਂ ਵਿੱਚੋਂ ਹੰਝੂ ਹਰ ਪਲ ਡਿੱਗਦੇ ਐ ਟਪ ਟਪ ਕਰਦੇ ਐ ਗੁਰੂ ਨਾਨਕ ਪਾਤਸ਼ਾਹ ਦੀ ਯਾਦ ਵਿੱਚ ਪਰ ਗੁਰੂ ਪਿਆਰੀ ਸਾਧ ਸੰਗਤ ਜੀਓ ਉਹਨਾਂ ਹੰਝੂਆਂ ਦੇ ਵਿੱਚ ਵੀ ਸੁਖ ਹੈਗਾ ਕਹਿੰਦੇ ਪਰਮੇਸ਼ਰ ਪਰਮਾਤਮਾ ਦੇ ਵਿਜੋਗ ਦੇ ਵਿੱਚ ਵੀ ਰੋਂਦਾ ਪਿਆ ਉਹਦੇ ਵਿੱਚ ਵੀ ਪਰਮ ਸ਼ਾਂਤੀ ਹੈ ਬਿਰਹਾ ਬਿਰਹਾ ਆਖੀ ਹੈ ਬਿਰਹਾ ਤੂੰ ਸੁਲਤਾਨ ਫਰੀਦਾ ਜਹਤਨ ਬਿਰਹਾ ਨ ਸੰਚਰੇ ਸੋ ਤਨ ਜਾਣਸਾ ਜਿਹਨੂੰ ਪਰਮੇਸ਼ਰ ਪਰਮਾਤਮਾ ਦੇ ਵਿਜੋਗ ਦਾ ਅਨੁਭਵ ਨਹੀਂ ਹੋਇਆ ਉਹ ਸਰੀਰ ਜਿਉਂਦੇ ਜਾਗਦੇ ਮੁਰਦੇ ਤਰੇ ਫਿਰਦੇ ਐ ਬੇਬੇ ਨਾਨਕੀ ਹਰ ਕੰਮ ਕਰਦੀ ਐ ਪਰ ਉਹਦਾ ਹਿਰਦਾ ਵਿਜੋਗ ਦੇ ਨਾਲ ਸਿਸਕੀਆਂ ਵਰਦਾ ਹੈ ਸਾਤ ਸੰਗਤ ਜੋ ਆਨੰਦ ਕੈਸਾ ਹਰ ਸਮੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਤੇ ਬੇਨਤੀ ਕਰੀਏ ਮਹਾਰਾਜ ਸਾਨੂੰ ਵੀ ਐਸਾ ਆਨੰਦ ਬਖਸ਼ ਦੇ ਭਾਈ ਮਰਦਾਨੇ ਨੂੰ ਜਦੋਂ ਪਕੜ ਲਿਆ ਉਹਨੇ ਅੱਗ ਬਾਣ ਲਈ ਤਾਂ ਸਤਿਗੁਰੂ ਨੇ ਕਹਿੰਦਾ ਮਹਾਰਾਜ ਮੈਂ ਨਾਹੀਂ ਕਛਹਾਉ ਨਾਹੀਂ ਕਛ ਆਹੇ ਨਾ ਮੋਰਾ ਔਸਰ ਲਾ ਜਾ ਰੱਖ ਲਿਓ ਸਦਨਾ ਜਗਤੋਰਾ ਜਿਹੇ ਜੇ ਬਿਆਂ ਜੈਸੇ ਵੀ ਆਂ ਭੈਗੇ ਤਾਂ ਤੇਰੇ ਆਂਗੇ ਅਸੀਂ ਭੁੱਲਦੇ ਆ ਸਾਡਾ ਸੁਭਾਅ ਹੈ ਤੁਸੀਂ ਸਾਨੂੰ ਫੇਰ ਰਸਤੇ ਵਿੱਚ ਪਾ ਦਿੰਨੇ ਇਹ ਤੁਹਾਡਾ ਸੁਭਾਅ ਹੈ ਪਿਛਲੇ ਔਗਣ ਬਖਸ਼ ਲੈ ਕਹਿੰਦੇ ਪਿਛਲੇ ਔਗਣ ਮਾਰੇ ਬਖਸ਼ ਲੈ ਸਾਡੇ ਕਿਰਪਾ ਕਰ ਜਦੋਂ ਭਾਈ ਮਰਦਾਨੇ ਨੇ ਅਰਾਧਿਆ ਨਾ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਭਾਈ ਬਾਲੇ ਨੂੰ ਕਹਿਣ ਲੱਗੇ ਮਰਦਾਨਿਆ ਬਾਲਿਆ ਮਰਦਾਨੇ ਨੂੰ ਰਾਖਸ਼ ਨੇ ਪਕੜ ਲਿਆ ਆਪਾਂ ਕੱਲ ਕਥਾ ਦੇ ਵਿੱਚ ਸੁਣਿਆ ਸੀ ਨਾ ਕਿ ਜਦੋਂ ਭਾਈ ਮਰਦਾਨਾ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਛੱਡ ਕੇ ਜਾਂਦਾ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਕਦਮ ਵੀ ਉਹ ਤੋਂ ਅੱਗੇ ਨਹੀਂ ਵਧੇ ਉੱਥੇ ਹੀ ਬਹਿ ਗਏ ਇਹ ਹੈਗਾ ਭਗਤ ਦਾ ਪ੍ਰੇਮ ਇਹ ਹੈਗਾ ਸਿੱਖ ਦਾ ਪ੍ਰੇਮ ਸਿੱਖ ਗੁਰੂ ਨੂੰ ਛੱਡ ਕੇ ਚਲੇ ਗਿਆ ਗੁਰੂ ਫਿਰ ਵੀ ਸਿੱਖ ਨੂੰ ਨਹੀਂ ਛੱਡਦਾ ਅਸੀਂ ਮਹਾਰਾਜ ਨੂੰ ਛੱਡ ਦਿੰਨੇ ਹਾਂ ਮਹਾਰਾਜ ਨੂੰ ਛੱਡ ਦੋ ਨਹੀਂ ਨਾ ਛੱਡਦਾ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਜੀ ਦੇ ਹੁਕਮ ਦੇ ਨਾਲ ਬਾਬਾ ਵਿਧੀ ਚੰਦ ਪੱਟੀ ਸ਼ਹਿਰ ਦਸਾਲੇ ਲੈਣ ਗਿਆ ਸੀਗਾ ਥਾਪਣਾ ਤਾਂ ਮਹਾਰਾਜ ਦਾ ਸੀ ਨਾ ਜੱਜ ਕੁਝ ਬੋਲ ਰਹੇ ਆ ਨਾ ਅੱਜ ਕੁਝ ਸੁਣ ਰਹੇ ਆ ਸਮਝ ਰਹੇ ਆ ਘੜੀਆਂ ਸਫਲ ਹੋ ਰਹੀਆਂ ਇਹ ਸਾਡੀ માનਤਾ ਨਹੀਂ ਇਹ ਸਤਿਗੁਰੂ ਦੀ ਮਾਨਤਾ ਹੈਗੀ ਦਿਮਾਗ ਹੀ ਵਹਿਲ ਹੋ ਜਾਵੇ ਜਵਾਨਾ ਸਾਥ ਦੇਵੇ ਕੀ ਕਰੋਗੇ ਇੱਕ ਛਣ ਦੇ ਵਿੱਚ ਪਰਮਾਤਮਾ ਸਭ ਕੁਝ ਭਲਾ ਦੇ ਕੰਨ ਤੰਮ ਕਰਨਾ ਬੰਦ ਕਰ ਦੇਣ ਮੂੰਹ ਵੀ ਚੱਲੇ ਕੰਨ ਵੀ ਚੱਲਣ ਦਿਮਾਗ ਨਾਲ ਕੰਮ ਕਰੇ ਕੀ ਕਰੋਗੇ ਇਹੇ ਜੀ ਬਣਤ ਬਣਾ ਦੇ 사ਸੰਗ ਵਿੱਚ ਨਾ ਸਕੀਏ ਇਹ ਸਾਰਾ ਕੁਝ ਪਰਮੇਸ਼ਰ ਦੀ ਬਖਸ਼ਿਸ਼ ਹੈ ਗੁਰੂ ਦੀ ਬਖਸ਼ਿਸ਼ ਹੈ ਦਸ਼ਾਲੇ ਲੈ ਆਇਆ ਤੇ ਸਾ ਸੰਗਤ ਜੀ ਸਾਰੇ ਪਾਸੇ ਟੀਰਾ ਪਿਆ ਹੋਇਆਗਾ ਇੱਕ ਚੀਰੀ ਦਾਣੇ ਭੁੰਨਦੀ ਆ ਬਾਬਾ ਬੀਦੀ ਚੰਦ ਨੇ ਉਹਨੂੰ ਸੋਨਾ ਦਿੱਤਾ ਤੂੰ ਕਿਸਨ ਦੱਸੀ ਨਾ ਮੈਂ ਤੇਰੀ ਪੱਟੀ ਵਿੱਚ ਲੁਕ ਜਾਣਾ ਤੂੰ ਪੱਟੀ ਵਿੱਚ ਕਿਵੇਂ ਲੁਕ ਜਾਵੇਂਗਾ ਇੱਥੇ ਅੱਗ ਵੱਲਦੀ ਐ ਇਹ ਅੱਗ ਵੱਲਦੀ ਐ ਅਗ ਹੋਰ ਵੱਲਦੀ ਤੂੰ ਸੜੇਂਗਾ ਨਹੀਂ ਮੈਂ ਸੜ ਕੇ ਮੈਂ ਜਾਊਂਗਾ ਮੇਰਾ ਰਖਵਾਲਾ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਐ ਸਾਦ ਸੰਗਤ ਜੀ ਪੱਟੀ ਦੇ ਵਿੱਚ ਬੜਾ ਪਹਿਲਾਂ ਆਪਣਾ ਸਰੀਰ ਪਹਿਲਾਂ ਲੱਤਾਂ ਵਿੱਚ ਪਾਈਆ ਦਿਸਾਲੇ ਬਾਅਦ ਚੋ ਜੇ ਸੜੂੰਗਾ ਪਹਿਲਾਂ ਮੈਂ ਸੜੂੰਗਾ ਦਿਸਾਲੇ ਬਾਅਦ ਚੋ ਸੜਨਗੇ ਧਾਰ ਕਿਰਪਾ ਪ੍ਰਭਾਤ ਤੇ ਰੱਖਿਆ ਕਹਿੰਦੇ ਗੁਰੂ ਨੇ ਹੱਥ ਦੇ ਕੇ ਰੱਖਿਆਗਾ ਹਰ ਗੋਬਿੰਦ ਨਵਾ ਨਰਵਾ ਉਸ ਅਕਾਲ ਪੁਰਖ ਪਾਰਬ੍ਰह्म ਪਰਮੇਸ਼ਰ ਪਰਮਾਤਮਾ ਨੇ ਤਾਤੀ ਵਾਉ ਨਾ ਲੱਗਈ ਪਾਰਬ੍ਰह्म ਸਰਣਾ ਤਤੀ ਵਾਣੀ ਲੱਗਣ ਦਿੱਤੀ ਹੈ ਕਿ ਬਾਬਾ ਬੀ ਦੀ ਚੰਦ ਨੂੰ ਬੋਲ ਰਖਿਆ ਕਿਨੇ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਇੱਕ ਕਦਮ ਵੀ ਅੱਗੇ ਨਹੀਂ ਵਧੇ ਭਾਈ ਮਰਦਾਨਾ ਛੱਡ ਕੇ ਚਲੇ ਗਿਆ ਤੇ ਜਦੋਂ ਭਾਈ ਮਰਦਾਨਾ ਨੇ ਆਹਰ ਆデア ਸਤਿਗੁਰ ਸੱਚੇ ਪਾਤਸ਼ਾਹ ਨੇ ਭਾਈ ਬਾਲੇ ਨੂੰ ਕਿ ਫੜ ਲਿਆ ਉਹਨੂੰ ਰਾਖਸ਼ ਨੇ ਕਹਿੰਦੇ ਮਹਾਰਾਜ ਰਾਖਸ਼ ਨੇ ਤਾਂ ਫੜਨਾ ਹੀ ਸੀਗਾ ਤੁਹਾਡੇ ਕੋਲੋਂ ਨਰਾਜ਼ ਜੋ ਹੋ ਕੇ ਗਿਆ ਕੋਈ ਗੱਲ ਨਹੀਂ ਥੋੜਾ ਜਿਹਾ ਨੂੰ ਕਸ਼ਟ ਸਹਿਣ ਦਿਓ ਅਕਲ ਆਏਗੀ ਕਹਿੰਦੇ ਨਹੀਂ ਮਹਾਰਾਜ ਮਾਰੇ ਕਹਿੰਦੇ ਨਹੀਂ ਪਾਈ ਆਪਣਾ ਫਿਰ ਵੀ ਆਪਣਾਗਾ ਆਪਣੀ ਬਾਹ ਟੁੱਟ ਜੇ ਨਾ ਉਹ ਵੀ ਪਲਸਟਰ ਕਰਕੇ ਗਣਚੀ ਪਾਈ ਦੀ ਹੈ ਆਪਣਾ ਮਾਰੇਗਾ ਤਾਂ ਛਾਵੇਂ ਹੀ ਸੁੱਟੇਗਾ ਕਿਉਂ ਇਹ ਸੋਚ ਕੇ ਕਿਤੇ ਨਾ ਧੁੱਪ ਨਾ ਲੱਗ ਜਾਏ ਧੁੱਪ ਚ ਤੰਗ ਨਾ ਹੋਵੇ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਜੀ ਜੰਗ ਦੇ ਵਿੱਚ ਲੜਦੇ ਵੇ ਪੈਂਦੇ ਖਾਨ ਨਾਲ ਇੱਥੋਂ ਜਾਓ ਤੁਸੀਂ ਜਲੰਧਰ ਜਲੰਧਰ ਤੋਂ ਦੋ ਛੜਕਾ ਜਾਂਦੀਆਂ ਇੱਕ ਪਠਾਨਕੋਟ ਵੱਲ ਇੱਕ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲ ਜਾਂਦੀ ਹੈ ਨਾ ਉਥੇ ਇੱਕ ਪਿੰਡ ਦਾ ਨਾਮ ਹੈ ਸ਼੍ਰੀ ਕਰਤਾਰਪੁਰ ਸਾਹਿਬ ਇੱਕ ਪਾਕਿਸਤਾਨ 'ਚ ਇੱਕ ਆਪਣੇ ਜਲੰਧਰ ਲਾਗੇ ਹੈ ਇਹ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਜੀ ਦੇ ਚਰਨ ਪਾਏ ਨੇ ਪੰਜਵੇਂ ਮਹਾਰਾਜ ਜੀ ਨੇ ਵੀ ਪਾਏ ਨੇਗੇ ਲੜਾਈ ਸ਼ੁਰੂ ਹੋ ਗਈ ਰਾਤ ਨੂੰ ਬਹਿੰਦੇ ਖਾਂ ਦੇ ਨਾਲ ਸਤਗੁਰਾਂ ਦੀ ਲੜਾਈ ਚੱਲਦੀ ਪਈ ਹੈ ਸੂਰਜ ਚੜ੍ਹਦਾ ਪਿਆਗਾ ਸਿਖਰ ਪੂਰਬ ਦਿਸ਼ਾ ਵੱਲ ਲਾਲੀ ਟਿੱਕੀ ਚੜ੍ਹਦੀ ਪਈ ਹੈ ਸਤਗੁਰ ਸਚੇ ਪਾਸ਼ਾ ਜੀ ਨੇ ਵਾਰ ਕੀਤਾ ਉਹ ਤਾਂ ਚੱਲਿਆ ਨਹੀਂ ਗਿਆ ਉਹ ਫਟੜੋ ਕੇ ਡੇ ਗਿਆ ਸਾਧ ਸੰਗਤ ਜੀ ਧਿਆਨ ਨਾਲ ਦੇਖੋ ਉਹ ਕਹਿੰਦਾ ਜਾਂ ਅੰਮੀ ਮਾਰੇ ਕਹਿੰਦੇ ਅੰਮੀ ਨੂੰ ਛੱਡ ਹੁਣ ਅੱਲਾ ਨੂੰ ਜੀਤੇ ਕਰ ਅੰਮੀ ਨੂੰ ਛੱਡ ਅੱਲਾ ਨੂੰ ਜੀਤੇ ਕਰ ਤੂੰ ਹੁਣ ਅੱਲਾ ਨੇ ਪਾਰਾ ਵਾਰ ਕਰਨਾ ਕਹਿੰਦਾ ਮਾਰੇ ਮੈਂ ਤਾਂ ਦੋਨੋਂ ਪਾਸੇ ਹੋ ਗਿਆ ਮੁਸਲਮਾਨਾਂ ਨੇ ਕਹਿਣਾ ਸਿੱਖਾਂ ਦੇ ਗੁਰੂ ਦਾ ਚੱਲਾ ਸੀਗਾ ਫੇਰ ਸਾਡੇ ਵੱਲੋਂ ਸੇਖਾ ਨੇ ਕਹਿਣਾ ਗੁਰੂ ਵੱਲੋਂ ਬੇਮਖ ਹੋ ਗਿਆ ਸੀਗਾ ਮੈਂ ਤਾਂ ਦੋਨੋਂ ਪਾਸੋਂ ਗਿਆ ਤੀਨ ਕੇ ਨਾ ਤੇਰੋਂ ਮੇ ਨਾ ਟੋਕਰੀ ਕੇ ਬੇਰੋਂ ਮੈਂ ਤਾਂ ਕਿਸੇ ਪਾਸੇ ਨਹੀਂ ਆਇਆ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਕਹਿੰਦੇ ਪੈਂਦੇ ਖਾਂ ਸੰਸਾਰ 'ਚ ਜਦੋਂ ਤੱਕ ਸਾਡਾ ਨਾਮ ਰਹੇਗਾ ਉਦੋਂ ਤੱਕ ਤੇਰਾ ਨਾਮ ਸਿੱਖ ਇਤਿਹਾਸ ਵਿੱਚ ਰਹੇਗਾ ਕੋਈ ਮਿਟਾ ਨਹੀਂ ਸਕਦਾ ਮੱਛੀ ਪੈਦਾ ਪਾਣੀ ਦੇ ਵਿੱਚੋਂ ਪਲਦੀ ਪਾਣੀ ਦੇ ਵਿੱਚੋਂ ਆਂਦੀ ਛੱਤ ਤੋਂ ਪਾਣੀ ਡਿੱਗਦਾ ਪਿਆ ਨਾ ਥੋੜਾ ਜਿਆਦਾ ਨਿਕਦਾ ਪਿਆ ਮੱਛੀ ਥੱਲੇ ਚਲੇ ਝੋਵੇ ਉਹ ਸਾਥ ਸੰਗਤ ਜੀ ਥੱਲੇ ਤੋਂ ਉੱਪਰ ਪਾਣੀ ਦੇ ਰਾਈ ਚਲੀ ਜਾਂਦੀ ਹੈਗੀ ਜਿੱਧਰ ਪਾਣੀ ਜਾ ਰਿਹਾ ਉਧਰ ਤਾਂ ਮੱਛੀ ਜਾਂਦੇ ਜਾਂਦੇ ਉਲਟੇ ਪਾਸੇ ਮੱਛੀ ਡਬਲ ਸਪੀਡ ਦੇ ਵਿੱਚ ਜਾਂਦੀ ਹੈ ਪਾਣੀ ਰਾਹ ਦਿੰਦਾ ਪਾਲੇ ਦੀ ਸ਼ਰਮ ਹੈ ਕਿ ਮੈਂ ਇਹਨੂੰ ਪਾਲਿਆਗਾ ਪੈਂਦੇ ਖਾਂ ਤੋਂ ਬਿਗਰ ਨਾ ਕਰ ਅਸੀਂ ਤੇਰੇ ਅੰਗ ਸੰਗਾਂ ਦੱਗਿਆਂ ਪਿਆ ਮੈਦਾਨੇ ਜੰਗ ਵਿੱਚ ਫੱਟੜ ਹੈ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਹ ਦਸਰ ਆਪਣੀ ਗੋਦੀ ਵਿੱਚ ਰੱਖਿਆ ਖੱਬੇ ਹੱਥ ਦੇ ਨਾਲ ਢਾਲ ਫੜ ਕੇ ਉਹਦੇ ਮੂੰਹ ਤੇ ਕੀਤੀ ਕਿਉਂਕਿ ਸੂਰਜ ਦਾ ਪਰਛਾਵਾਂ ਪੈ ਰਿਹਾ ਸੀ ਉਹਨੂੰ ਧੁੱਪ ਲੱਗਦੀ ਸੀ ਐਸਾ ਮੇਰਾ ਸਤਿਗੁਰ ਹੈਗਾ ਐਸਾ ਕਿਰਪਾਲੂ ਹੈ ਪਹੁੰਚ ਕੇ ਮਹਾਰਾਜ ਹੁਣ ਭਾਈ ਮਰਦਾਨਾ ਬੰਨਿਆ ਪਿਆ ਹੈਗਾ ਜੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਭਾਈ ਬਾਲਾ ਜੀ ਤੇ ਘੁੰਮਦੇ ਬਏ ਮਰਦਾਨੇ ਨੂੰ ਦਿਖਦੇ ਪਏ ਨੇ ਕੋਡੇ ਰਕਸ਼ਣ ਨੂੰ ਨਹੀਂ ਦਿਖਦੇ ਮਹਾਰਾਜ ਤੇ ਮੁਸਕਰਾ ਕੇ ਸਤਿਗੁਰੂ ਜੀ ਨੇ ਬਚਨ ਕੀਤਾ ਮਰਦਾਨੇ ਆ ਤੂੰ ਤਾਂ ਘਰ ਜਾਣ ਵਾਸਤੇ ਤੁਰਿਆ ਸੀ ਜਾਂਦਾ ਨਹੀਂ ਬਰੇਤੇ ਕਿਉਂ ਬੈਠਾ ਭਾਈ ਇਹ ਘਰ ਥੋੜੀ ਹੈਗਾ ਘਰ ਦਾ ਤਲਵੰਡੀ ਹੈ ਮਰਦਾਨੇ ਆ ਤੂੰ ਘਰ ਜਾਣ ਦੇ ਵਾਸਤੇ ਆਇਆ ਸੀ ਤੂੰ ਇੱਥੇ ਕਿਉਂ ਰੁਕ ਗਿਆ ਕਿਉਂ ਨਹੀਂ ਜਾਂਦੇ ਹੁਣ ਉਹ ਕੀ ਬੋਲੇਗਾ ਹੁਣ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਇਹ ਕੋਡਰ ਰਖਸ ਇਹ ਸੰਸਾਰ ਦੇ ਵਿਸ਼ੇ ਭੋਗ ਨੇ ਇਸ ਸੰਸਾਰ ਦੇ ਸਬੰਧ ਨੇ ਜਿਨ੍ਹਾਂ ਨੇ ਸਾਨੂੰ ਜਕੜ ਕੇ ਰੱਖਿਆਗਾ ਸਾਨੂੰ ਬੰਨ੍ਹ ਕੇ ਰੱਖ ਲਿਆਗਾ ਜਦੋਂ ਜੀਵ ਗੁਰੂ ਦੇ ਅੱਗੇ ਅਰਦਾਸ ਕਰਦਾ ਹੈ ਬੇਨਤੀ ਕਰਦਾ ਹੈ ਤਾਂ ਸਤਿਗੁਰ ਸਿੱਕੇ ਬੰਧਨ ਕਟਾ ਤਾਂ ਫਿਰ ਗੁਰੂ ਆ ਕੇ ਤੇ ਬੰਧਨ ਕੱਟ ਦਿੰਦਾ ਹੈ ਅਰਦਾਸ ਦਾ ਕਰੇ ਗੁਰੂ ਦੇ ਅੱਗੇ ਗੁਰੂ ਕਿਉਂ ਨਹੀਂ ਸੁਣਦਾ ਮੱਖਣ ਸ਼ਾਹ ਲੁਬਾਣਾ ਕਿੱਥੇ ਹੈ ਜੋ ਗੁਰੂ ਦੇ ਅੱਗੇ ਅਰਦਾਸ ਕੀਤੀ ਸਤਿਗੁਰਾਂ ਨੇ ਸੁਣਿਆ ਭਾਈ ਮਨੁੱਖ ਨੂੰ ਸੁਣਿਆਗਾ ਤੇ ਆਓ ਸਾਧ ਸੰਗਤ ਜੀ ਇਹ ਜਿਹੜਾ ਵਾਹਿਗੁਰੂ ਜਪਣਾ ਨਾ ਇਹ ਕੋਈ ਸਵਰ ਨਹੀਂ ਹੈਗਾ ਕੋਈ ਲੈ ਤਾਲ ਨਹੀਂ ਹੈਗਾ ਇਹ ਤਾਂ ਆਪਣੇ ਮਾਹੀ ਨੂੰ ਆਵਾਜ਼ਾਂ ਮਾਰਨੀ ਹੈਗੀਆਂ ਆਪਣੇ ਪੰਜਾਬੀਆਂ ਦੀ ਇੱਕ ਕਹਾਵਤ ਹੈ ਕਹਿੰਦੇ ਡਾਂਗ ਮਾਰ ਕੇ ਟਿਆਂ ਤੇ ਬੰਦਾ ਚੀਕਦਾ ਜਾਵੇ ਆਵਾਜ਼ ਮਾਰ ਇਹ ਜੀ ਕਿ ਬੰਦੇ ਦੇ ਕੰਨ ਪਾੜ ਜਾਣ ਅਰਥਾਤ ਪਰਮੇਸ਼ਰ ਨੂੰ ਪਿਆਰ ਦੇ ਨਾਲ ਅਰਾਧੋ ਪਰਮਾਤਮਾ ਗਿਣਤੀ ਮਿਣਤੀ ਸੋਰਾ ਦੇ ਵਿੱਚ ਕਾਬੂ ਨਹੀਂ ਆਉਂਦਾ ਕਹਿੰਦੇ ਕਿਵੇਂ ਕਿਵੇਂ ਪਰਮਾਤਮਾ ਨੂੰ ਅਰਾਧਣਾ ਕਬੀਰ ਸਾਹਿਬ ਕਹਿੰਦੇ ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ ਰਾਤ ਦਿਵਸ ਕੇ ਕੋਕਣ ਕਬੂ ਤਾ ਸੁਣੇ ਪੁਕਾਰ ਕਹਿੰਦੇ ਜਿੰਦ ਰਾਤ ਅਰਾਧ ਸੁਆਮੀ ਕੇ ਗ੍ਰਹਿ ਜਿਉ ਸਦਾ ਸਵੰਤ ਜਤਨੇ ਨਿਤ ਨਾਨਕ ਇਹ ਵਿਦ ਹਰ ਪਜੋ ਇੱਕ ਮਨ ਹੋਏ ਇੱਕ ਚਿਤ ਜਿਵੇਂ ਕੁੱਤਾ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ ਤੂੰ ਉਸ ਈਸ਼ਵਰ ਨੂੰ ਨਾ ਛੱਡ ਇਹ ਵਾਹਿਗੁਰੂ ਜੀ ਸਾਧ ਸੰਗਤ ਜੀ ਜਪਣਾ ਅਰਥਾਤ ਆਪਣੇ ਮਾਹੀ ਨੂੰ ਆਵਾਜ਼ ਮਾਰਨੀ ਆਪਣੇ ਪ੍ਰੀਤਮ ਨੂੰ ਆਵਾਜ਼ ਮਾਰਨੀ ਆਓ ਆਪਾਂ ਸਾਰੇ ਰਲ ਕੇ ਉਸ ਪਰਮ ਪਰਮੇਸ਼ਰ ਨੂੰ ਆਵਾਜ਼ ਮਾਰੀਏ ਉਹ ਸਾਡੀ ਆਵਾਜ਼ ਸੁਣਦਾ ਪਿਆਗਾ ਹਜੇ ਸਾਨੂੰ ਆਪਣੀ ਆਵਾਜ਼ ਨਹੀਂ ਸੁਣਦੀ ਪਈ ਜਦੋਂ ਵਾਹਿਗੁਰੂ ਸ਼ਬਦ ਸਾਨੂੰ ਸੁਣ ਗਿਆ ਨਾ ਤਾਂ ਸਮਝੋ ਸਾਨੂੰ ਦੀਦਾਰ ਹੋ ਗਏ ਕਰੋ ਕਿਰਪਾ ਸਾਰਿਆਂ ਸੰਗਤ ਦਾ ਬੜੇ ਪ੍ਰੇਮ ਦੇ ਨਾਲ ਜੀ ਇੱਕ ਬੜਾ ਭਰਮ ਜਾਂ ਪੈ ਜਾਂਦਾਗਾ ਉਹ 10-15 ਮਿੰਟ ਪਹਿਲਾਂ ਮੈਂ ਕਥਾ ਕਰਦਾ ਜਦੋਂ ਬਾਹੀ ਗੁਰੂ ਸ਼ੁਰੂ ਕਰਦਾ ਕਹਿੰਦੇ ਕਥਾ ਤਾਂ ਹੁਣ ਸ਼ੁਰੂ ਹੋਈ ਐ ਦੱਸੋ ਜੀ ਪਹਿਲਾਂ ਮੈਂ ਊੜਾੜਾ ਕਰਦਾ ਰਹਾਂਗਾ ਕਥਾ ਉਦੋਂ ਹੀ ਸ਼ੁਰੂ ਹੋ ਜਾਂਦੀ ਐ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਲਿਆ ਜਾਂਦਾ ਵੋਤੇ ਕਹਿੰਦੇ ਜੀ ਕਥਾ ਤੁਸੀਂ 15-20 ਮਿੰਟ ਬਾਅਦ ਸ਼ੁਰੂ ਕਰਦੇ ਹੋ ਤੇ ਪਹਿਲਾਂ ਕਿਹੜਾ ਭਾਈ ਰਮਾਇਣ ਹੁੰਦੀ ਐ ਜਾਂ ਮਹਾਭਾਰਤ ਹੁੰਦੀ ਐ ਸ਼ੁਰੂ ਤੋਂ ਹੀ ਕਥਾ ਸ਼ੁਰੂ ਹੁੰਦੀ ਐ ਇਹ ਤਾਂ ਸ਼ਬਦ ਦੇ ਨਾਲ ਸੁਰਤ ਜੋੜਨੀ ਐ ਕਿਉਂਕਿ ਕਥਾ ਦੇ ਵਿੱਚ ਬਾਰ-ਬਾਰ ਜਦੋਂ ਪਰਮਾਤਮਾ ਦੇ ਨਾਲ ਸੁਰਤ ਜੋੜਾਂਗੇ ਸਾਡੀ ਇਕਾਗਰਤਾ ਬਣ ਜਾਂਦੀ ਐ ਉਹ ਮਹਾਰਾਜ ਨੂੰ ਆਵਾਜ਼ ਮਾਰੀਏ ਬੜੇ ਪ੍ਰੇਮ ਦੇ ਨਾਲ ਵਾਹਿਗੁਰੂ 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 ਸੁਣਨਾ ਪ੍ਰਭ ਜਿਉ लड़ीन है सु प्रभुजि ओ वा ਤੋਂ ਲੱਜਿਤ ਹੋਇਓ ਮਰਦਾਨਾ ਗਰੀਵ ਨੀਚ ਕਰ ਕਛ ਨ ਬਖਾਨਾ ਜਦ ਗੁਰੂ ਨਾਨਕ ਪਾਸ਼ਾ ਜੀ ਨੇ ਪੁੱਛਿਆ ਮਰਦਾਨਿਆ ਘਰ ਨਹੀਂ ਜਾਂਦਾ ਭਾਈ ਮਰਦਾਨਾ ਸ਼ਰਮਸਾਰ ਹੋਇਆ ਗਰਦਨ ਨੀਵੀਂ ਕੀਤੀ ਤੇ ਬੋਲਦਾ ਨਹੀਂ ਪਿਆ ਹਿਰਦੈ ਵਿਖੇ ਹਰ ਖਤ ਬਹੁ ਪयो ਜੀਵਨ ਜਾਨ ਜਨਮ ਮਮਨਯੋ ਬੋਲਦਾ ਨਹੀਂ ਕੁਝ ਗਰਦਨ ਤਲੀ ਕੀਤੀ ਐ ਪਰ ਖੁਸ਼ ਹੋ ਗਿਆ ਹੁਣ ਉਹਨੂੰ ਬਿਲੇਵ ਵਿਸ਼ਵਾਸ ਹੋ ਗਿਆ ਕਿ ਹੁਣ ਮੈਨੂੰ ਕੁਝ ਨਹੀਂ ਹੋ ਸਕਦਾ ਮੇਰਾ ਮਾਲਕ ਮੇਰਾ ਰਖਕ ਮੇਰਾ ਸਾਈਂ ਪਹੁੰਚ ਗਿਆ ਹੈ ਹੁਣ ਮੇਰਾ ਜਨਮ ਨਵੇਂ ਵਰਗਾ ਹੀ ਹੈ ਇਹਨੇ ਤਾਂ ਮੈਨੂੰ ਮਾਰ ਦੇਣਾ ਸੀਗਾ ਮੁਜਸੋਂ ਬੋਲੇ ਦੀਨ ਦਿਆਲਾ ਇਹ ਜੋ ਕਰਾਹ ਤਪਤ ਵਿਸਾਲਾ ਭਾਈ ਬਾਲੇ ਨੇ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਮਹਾਰਾਜ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੈਨੂੰ ਕਿਹਾ ਕਿ ਬਾਲਿਆ ਇਹ ਜਿਹੜਾ ਵੱਡਾ ਸਾਰਾ ਕੜਾਹਾ ਤੇਲ ਦਾ ਭਖਦਾ ਪਿਆ ਤਪਦਾ ਪਿਆ। ਤਿਸ ਮੈਂ ਮਰਦਾਨੇ ਕੋ ਪਾਵੇ ਤਲ ਕੇ ਤੇਲ ਵਿਖੇ ਪੁਨ ਖਾਵੇ। ਆ ਦੇਖੀ ਹੁਣੀ ਇਹਨੇ ਮਰਦਾਨੇ ਨੂੰ ਚੱਕ ਕੇ ਨਾ ਤੇਲ ਦੇ ਵਿੱਚ ਸੁੱਟ ਦੇਣਾ। ਇਹਨੂੰ ਤਲ ਕੇ ਖਾਣਾਗਾ। ਦੁਰ ਮਹਿ ਮਰਦਾਨੇ ਕੋ ਪਾਵੇ ਤਲ ਕੇ ਤੇਲ ਬਿਖੈ ਪੁਨ ਖਾਵੇ ਦੁਰ ਰਹੈ ਨਹਿ ਦੇਰਦ ਖਾਏ ਸੁਣ ਕਰ ਮੈਂ ਪੁਨ ਗਿਰਾ ਅਲਾਈ ਛੇਪੇ ਰ ਮਰਦਾਨਿਆ ਆਪਾ ਨੂੰ ਦੇਖ ਰੇ ਇਹ ਨਹੀਂ ਦੇਖਦਾ ਆਪਾਂ ਦੋਨੇ ਲੁਕੇ ਰਹਨੇ ਆਗੇ ਆ ਦੇਖੀ ਹੁਣ ਇਹ ਨੂੰ ਸੁੱਟੂਗਾ ਜਦੋਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਤੇ ਭਾਈ ਬਾਲੇ ਨੇ ਫਿਰ ਬੇਨਤੀ ਕੀਤੀ ਨਹੀਂ ਆਏ ਜੈਸੇ ਤੁਮ ਆਏ ਜੇ ਰਾਖਸ਼ ਤਲ ਲੇਵੈ ਖਾਏ ਕਹਿੰਦੇ ਮਾਰੇ ਵਰ ਵਾਅਦਾ ਕੀਆ ਸਾਡੇ ਆਉਣ ਦਾ ਸਾਡੇ ਇਹ ਤੁਹਾਡੇ ਵੇਹਂਦਿਆਂ ਇਹ ਰਾਖਸ਼ ਇਹਨੂੰ ਤੇਲ ਵਿੱਚ ਸੁੱਟੇਗਾ ਤਲ ਕੇ ਖਾਜੇਗਾ ਫਿਰ ਆਪਾਂ ਆਈ ਕਿਉਂ ਤੁਸੀਂ ਮੈਨੂੰ ਦੱਸ ਰਹੇ ਹੋ ਬਈ ਇਹਨਾਂ ਤਲ ਕੇ ਖਾਣਾ ਹੈ ਤੁਸੀਂ ਮੈਨੂੰ ਦੱਸਣ ਵਾਸਤੇ ਥੋੜੀ ਲੈ ਕੇ ਆਏ ਤੁਸੀਂ ਇਹਦੀ ਮਦਦ ਕਰਨ ਵਾਸਤੇ ਲੈ ਕੇ ਆਏ ਹੋ ਤੁਸੀਂ ਤਾਂ ਮੈਨੂੰ ਦੱਸ ਰਹੇ ਹੋ ਹੁਣ ਹੀ ਖਾਜੇਗਾ ਸਤਿਗੁਰੂ ਜੀ ਫਿਰ ਸਾਡਾ ਆਇਆ ਨਾ ਆਇਆ ਇੱਕ ਜੋਗਾ ਹੈ ਦੋ ਰਾ ਜ਼ੋਬਿਦ ਪੂਰਬ ਕੀ ਜਿਏ ਜੇ ਵਿਦ ਛੂਟੈ ਸੋਏ ਮੇਰੀ ਬੇਨਤੀ ਹੈ ਮਹਾਰਾਜ ਉਹ ਕੋਤਖੇਡੋ ਜੀਦੇ ਕਰਕੇ ਭਾਈ ਮਰਦਾਨਾ ਇਸ ਦੁੱਖ ਦੇ ਵਿੱਚੋਂ ਛੁੱਟ ਜਾਵੇ ਮੁਕਤ ਹੋ ਜਾਵੇ ਕਿੰ ਘਰ ਅਪਣੋ ਜਾਣੀਏ ਪਤਨ ਨ ਏਕੋ ਹੋਏ ਇਹ ਤੁਹਾਡਾ ਸੇਵਕ ਹੈ ਇਹ ਤੇ ਮਿਹਰ ਪਰਿਆ ਹੱਥ ਰੱਖੋ ਇਹਦੇ ਦੁੱਖਾਂ ਦਾ ਨਾਸ ਹੋ ਜਾਵੇ ਚਾਉ ਭਾਈ ਸ੍ਰੀ ਗੁਰੂ ਆਖੇ ਦੇਖ ਤਮਾਸ਼ਾ ਜੋ ਕਰਤਾਰ ਦਿਖਾਏ ਬਿਲਾਸਾ ਮਾਰੇ ਕਹਿੰਦੇ ਬਾਲਿਆ ਤੂੰ ਹਰੀ ਦੇ ਰੰਗ ਦੇ ਰੰਗ ਵੇਖ ਤੂੰ ਕਰਤਾਰ ਦੇ ਕੌਤਕ ਦੇਖ ਕਿ ਕਰਤਾਰ ਕੀ ਵਿਖਾ ਰਿਹਾ ਹੈ ਨਹਿ ਰਾਕਸ਼ ਕੋ ਦੇ ਦਿਖਾਏ ਮਰਦਾਨਾ ਦੇਖੈਂ ਗੁਰਤਾਈ ਭਾਈ ਮਰਦਾਨਾ ਵੇਖ ਰਿਹਾ ਸਤਿਗੁਰਾਂ ਨੂੰ ਪਰ ਰਾਖਸ਼ ਸਤਿਗੁਰ ਸੱਚੇ ਪਾਤਸ਼ਾਹ ਨੂੰ ਦੇਖ ਨਹੀਂ ਸਕਦਾ ਤਪਿਓ ਤੇਲ ਜਦ ਅਗਨ ਸਮਾਨਾ ਖਲਨੇ ਗਹਿਲੀ ਨੋ ਮਰਦਾਨਾ ਜਦੋਂ ਤੇਲ ਬਿਲਕੁਲ ਤਪ ਗਿਆ ਬਹੁਤ ਜ਼ਿਆਦਾ ਤੇਲ ਤਪ ਗਿਆ ਭਾਈ ਮਰਦਾਨੇ ਨੂੰ ਉਹਨੇ ਫੜ ਲਿਆਗਾ ਬਲਕੇ ਸੰਗ ਤੇਲ ਮਹਿ ਡਾਰਾ ਕਿ ਕਹਿ ਸ੍ਰੀ ਗੁਰੂ ਨਾਮਿ ਉਚਾਰਾ ਉਨੇ ਚੱਕ ਕੇ ਭਾਈ ਮਰਦਾਨੇ ਨੂੰ ਸੁੱਟਿਆ ਕੜਾਹੀ ਵਿੱਚ ਤੇ ਭਾਈ ਮਰਦਾਨੇ ਨੇ ਵਿਵਲ ਹੋ ਕੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਚੇਤੇ ਕੀਤਾ ਤਰਾਹੇ ਤਰਾਹੇ ਨਿਜ ਬਿਰਦ ਸੰਭਾਰੋ ਪਾਹੇ ਪਾਹੇ ਮੁਝ ਜਨਤਿ ਉਬਾਰੋ ਤਰਾਹੇ ਤਰਾਹੇ ਮਾਰੇ ਮੇਰੀ ਰੱਖਿਆ ਕਰੋ ਰੱਖਿਆ ਕਰੋ ਰੱਖਿਆ ਕਰੋ ਆਪਣਾ ਬਿਰਦ ਸੰਭਾਲੋ ਸਾਧ ਸੰਗਤ ਜੀ ਇਹੀ ਸਾਡੇ ਚ ਹੋਣਾ ਚਾਹੀਦਾ ਬਸ ਭਾਈ ਮਰਦਾਨੇ ਨੂੰ ਵਕਤ ਅਖੀਰੇ ਕੀ ਚੇਤੇ ਆਇਆ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਾਰੇ ਮਦਦ ਕੀਤੀ ਕਹਿੰਦੇ ਭਾਈ ਮਰਦਾਨੇ ਨੇ ਮਾਰੇ ਨੂੰ ਬੇਨਤੀ ਕੀਤੀ ਗੁਣ ਗੁਨਨ ਕੋ ਅਬ ਨਹਿ ਕਾਲਾ ਰੱਛਾ ਕੋ ਇਹ ਸਮੈ ਕਿਰਪਾਲਾ ਮਹਾਰਾਜ ਹੁਣੇ ਸਮਾਂ ਨਹੀਂ ਹੈਗਾ ਤੁਸੀਂ ਮੇਰੇ ਗੁਣ ਔਗਣਾਂ ਦਾ ਚਿੰਤਨ ਕਰੋ ਹੁਣੇ ਸਮਾਂ ਹੈਗਾ ਕਿਰਪਾ ਕਰਨ ਦਾ ਮੇਰੀ ਮਦਦ ਕਰੋ ਮੇਰੇ ਤੇ ਮਿਹਰ ਕਰੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੋਹਰਾ ਤੇਲ ਪਯੋ ਸੀਤਲ ਤਬੈ ਦੇਹ ਪਰਸ ਕਰਸੋਏ ਪਾਵਕ ਤੇਜ ਨ ਛੂ ਸਕਾ ਜਿਉ ਹਿਮਰਤ ਕੋ ਤੋਏ ਕਹਿੰਦੇ ਭਾਈ ਮਰਦਾਨਾ ਜਦੋ ਕੜਾਹੀ ਜਿੱ ਡਗਿਆ ਨਾ ਤੇਲ ਚ ਤਪਦਾ ਹੋਇਆ ਤੇਲ ਤਪਤ ਕੜਾਹਾ ਬੁਝ ਗਿਆ ਗੁਰੂ ਸੀਤਲ ਨਾਮ ਦੀ ਇਹਦਾ ਮਤਲਬ ਇਹ ਹੈ ਕਿ ਹਿਰਦੇ ਦੇ ਵਿੱਚ ਵਿਸ਼ੇਵਾਸ਼ਨਾ ਦੀ ਜੋ ਅਗ ਲੱਗੀ ਹੋਈ ਸੀ ਉਹ ਸ਼ਾਂਤ ਹੋ ਗਈ ਗੁਰੂ ਨੇ ਕਿਰਪਾ ਕਰਕੇ ਉਪਦੇਸ਼ ਬਖਸ਼ਿਆ ਪਰ ਤੇ ਤਪਦਾ ਕੜਾ ਹ ਸਾਥ ਸੰਗ ਜੀ ਬਿਲਕੁਲ ਠੰਡਾ ਠਾਰ ਜਿਵੇਂ ਸਰਦੀ ਦੇ ਵਿੱਚ ਤੇਲ ਠਰ ਜਾਂਦਾ ਐਵੇਂ ਤੇਲ ਹੋ ਗਿਆ ਇਹੀ ਕੁਆਲਿਟੀ ਇਸੇ ਆਪਣੇ ਚ ਬਣਾਉਣੀ ਆ ਦੇਖੋ ਵਕਤ ਅਖੀਰੇ ਸਾਰੇ ਦਾ ਹੀ ਆਉਣਾਗਾ ਕੋਈ ਅੱਗੇ ਕੇ ਕੋਈ ਪਿੱਛੇ ਕੇ ਪਰ ਇਹ ਕੁਆਲਿਟੀ ਸਾਡੇ ਵਿੱਚ ਹੋਣੀ ਚਾਹੀਦੀ ਹੈ ਕਿ ਵਕਤ ਅਖੀਰੇ ਸਾਡਾ ਧਿਆਨ ਸਾਡੇ ਮਾਂ ਪਿਓ ਭੈਣ ਭਰਾ ਇਸਤਰੀ ਬਲਕੇ ਆਪਣੇ ਵਿੱਚ ਨਹੀਂ ਗੁਰੂ ਦੇ ਵਿੱਚ ਹੋਣਾ ਚਾਹੀਦਾ ਹੈ ਇਹ ਨਾ ਹੋਵੇ ਮਰਦੇ ਸਮੇਂ ਧਿਆਨ ਬੱਚਿਆਂ ਵਿੱਚ ਚਲੇ ਜਾਵੇ ਤਾਂ ਸਾ ਸੰਗਤ ਜੀ ਫਿਰ ਕੀ ਸਜਾ ਮਿਲੋਗੇ ਬਾਣੀ ਪੜ ਕੇ ਦੇਖ ਲੀਏ ਅੰਤਕਾਲ ਜੋ ਲੜਕਾ ਜ਼ਿਮਰਾ ਐ ਸੀ ਚਿੰਤਾ ਮੈਂ ਜਿਮਰਾ ਸੋਕਰ ਜੂਨ ਬਲਬਲ ਉਤਰਿਆ ਅਗਰ ਮਰਦੇ ਸਮੇਂ ਚਿੱਤ ਆਪਣੇ ਘਰਵਾਲੀ ਦੇ ਵਿੱਚ ਰਹਿ ਗਿਆ ਘਰਵਾਲੇ ਦਾ ਘਰਵਾਲੀ ਵਿੱਚ ਰਹਿ ਗਿਆ ਤਾਂ ਬੇਸਵਾ ਜੋਨ ਬਲਬਲੇ ਉਤਰਿਆ ਘਰਾਂ ਵਿੱਚ ਚਿੱਤ ਰਹਿ ਗਿਆ ਪ੍ਰੇਤ ਜੋਨ ਬਲਬਲੇ ਉਤਰਿਆ ਪੈਸੇ ਵਿੱਚ ਚਿੱਤ ਰਹਿ ਗਿਆ ਸੱਪ ਬਣ ਜਾਏਗਾ ਤੇ ਭਗਤ ਜੀ ਕਹਿੰਦੇ ਅੰਤ ਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮਹਿਜੇ ਮਰਾਇ ਭਗਤ ਤ੍ਰिलोचन ਤੇਰਰ ਮੁਕਤਾ ਪੀਤਾੰਬਰ ਵਾਕਹਿ ਹੀ ਰਹਿ ਬਸੇ ਕਹਿੰਦੇ ਵਕਤ ਅਖੀਰੇ ਅਗਰ ਰੱਬ ਜੀ ਦੇ ਵਿੱਚ ਚਿਤ ਰਹਿ ਗਿਆ ਤੇ ਇਹ ਮਨੁੱਖ ਮੁਕਤ ਹੋ ਜਗਤ ਜਨਮ ਮਰਨ ਕਟਿਆ ਜਾ ਕਥਾ ਸੁਣ ਦਾ ਸਾਧ ਸੰਗਤ ਜੀ ਇਹ ਹੀ ਫਾਇਦਾ ਸਾਡਾ ਕਿ ਸਾਡਾ ਅਭਿਆਸ ਪੱਕ ਜੇ ਗੁਰੂ ਦੇ ਵੱਲ ਮਾਂ ਪਿਓ ਭੈਣ ਭਰਾ ਤਾਂ ਚਾਚੇ ਤਾਂ ਕੀ ਸਾਡਾ ਸ਼ਰੀਰ ਨਹੀਂ ਸਾਡੇ ਨਾਲ ਜਾਣਾ ਇਹ ਚੱਲ ਜੂਗਾ ਇਹਨੂੰ ਤਾਂ ਅਸੀਂ ਘਰਾਂ ਚ ਛੱਡ ਦਿੰਨੇ ਆ ਬਲਕਿ ਸਾਡੇ ਘਰ ਦੇ ਸਕੇ ਸਬੰਧੀ ਇਸ ਸ਼ਰੀਰ ਨੂੰ ਸਾਡੇ ਤੋਂ ਵੱਧ ਅੱਗੇ ਤੱਕ ਲੈ ਕੇ ਜਾਂਦੇ ਆ ਅਸਾ ਘਰ ਦੇ ਵਿੱਚ ਇਸਰੀ ਛੱਡ ਦਿੰਨੇ ਆ ਉਹ ਫਿਰ ਵੀ ਇਸ ਸਰੀਰ ਨੂੰ ਚੱਕ ਕੇ ਸ਼ਮਸ਼ਾਨ ਘਾੜ ਤੱਕ ਲੈ ਕੇ ਜਾਂਦੇ ਆ ਅਸੀਂ ਪਹਿਲਾਂ ਸਾਹ ਛੱਡਦੇ ਆਂਗੇ ਜਾ ਕੇ ਪ੍ਰੀਨ ਰਾਮ ਵਿਦੇਹੀ ਤਜਿਓ ਤਾਂ ਕੋ ਕੋਟ ਬੈਰੀਸਮ ਯਦ ਵੀ ਪਰਮ ਸੁਨੇਹੀ ਕਹਿੰਦੇ ਜਿਹਦੇ ਕਰਕੇ ਪਰਮੇਸ਼ਰ ਦੇ ਨਾਲ ਪ੍ਰੇਮ ਟੁੱਟੇ ਹੁਣ ਛੱਡ ਦਿਓ ਕਿਉਂ ਇਹ ਨਾਲ ਥੋੜੀ ਜਾਣਗੇ ਮਹਾਰਾਜ ਨੇ ਨਾਲ ਜਾਣਾ ਭਾਈ ਮਰਦਾਨੇ ਨੂੰ ਤੇਲ ਦੇ ਵਿੱਚ ਸੁੱਟਿਆ ਉਹ ਕਹਿੰਦਾ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਵਾਹਿਗੁਰੂ 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 ਕਰਤਾਰ 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 ਇਹੀ ਸਾਡਾ ਅਭਿਆਸ ਹੋ ਜਾਏ ਬਸ ਉਹ ਸਾਡਾ ਸਾਧ ਸੰਗਤ ਜੀ ਉਸ ਸਮੇਂ ਪੇਪਰਾਂ ਦਾ ਸਮੇਂ ਹੋਏਗਾ ਜਦੋਂ ਵਕਤ ਅਕੀਰੇ ਸਾਡੇ ਸਾਹ ਨਿਕਲਦੇ ਹੋਣਗੇ ਆਪਾਂ ਸਵੇਰੇ ਵੀ ਵਿਚਾਰ ਕੀਤੀ ਸੀ ਸਿਮਰਨ ਕਰਨ ਦੀ ਆਦਤ ਸਵੇਰੇ ਸ਼ਾਮ ਨਹੀਂ ਪਾਉਣੀ ਦੁਪਹਿਰੇ ਰਾਤ ਨਹੀਂ ਪਾਉਣੀ ਕੇਵਲ ਸਵੇਰੇ ਸ਼ਾਮ ਸਿਮਰਨ ਕਰਨ ਦੀ ਆਦਤ ਹੈ ਅਗਰ ਸਾਡਾ ਵਕਤ ਅਖੀਰੇ ਦੁਪਹਿਰੇ ਆ ਗਿਆ ਫਿਰ ਦੁਪਹਿਰ ਨੂੰ ਤਾਂ ਅਸੀਂ ਨਾਮ ਜਪਦੇ ਹੀ ਨਹੀਂ ਹੈਗੇ ਨਹੀਂ ਨਾ ਜਪਦੇ ਹੁਣ ਸਾਧ ਸੰਗਤ ਜੀ ਭੁੱਲ ਆਦਤ ਜਿਹੜੀ ਬਣੀ ਹੈ ਉਹ ਨਹੀਂ ਪਤਾ ਲੱਗਦਾ ਫਿਰ ਵੀ ਆਪਾਂ ਕਰ ਬੈਨੇ ਆ ਹੁਣ ਇੱਕ ਦੋ ਦਿਨਾਂ ਦਾ ਆਪਾਂ ਬੇਨਤੀ ਕਰਦੇ ਪਏ ਨਾ ਕਿ ਗੁਰਦੁਆਰ ਸਾਹਿਬ ਦੇ ਸਾਹਮਣੇ ਜੋੜੇ ਨਾਲ ਲਾਓ ਸੱਜੇ ਖੱਬੇ ਲਾ ਦੇ ਉਧਰ ਲਾਓ ਮੇਰੀ ਆਪਣੀ ਆਦਤ ਪੱਕੀ ਹੋਈ ਹੈ ਮੈਨੂੰ ਪਤਾ ਨਹੀਂ ਲੱਗਦਾ ਮੈਂ ਫਿਰ ਇੱਥੇ ਲਾ ਦਿੰਨਾਗਾ ਆਦਤ ਪੱਕ ਗਈ ਹੈਗੀ ਆਦਤ ਛਡਾਣੀ ਔਖੀ ਹੈ ਪਾਉਣੀ ਬੜੀ ਸੌਖੀ ਹੈ ਵੀ ਤੇ ਸਾਹ ਸੰਗਤ ਜੇਕਰ ਇਹੇ ਜੀ ਆਦਤ ਬੰਦਗੀ ਦੀ ਪੈ ਜਾਵੇ ਸਿਮਰਨ ਦੀ ਪੈ ਜਾਵੇ ਭਾਵੇਂ ਦੁਖੀ ਆ ਸੁਖੀ ਆ ਸਵੇਰ ਆ ਦੁਪਹਿਰ ਆ ਰਾਤ ਆ ਜੋ ਵੀ ਸਮੇਂ ਹੈ ਜਦੋਂ ਵੀ ਸਾਡਾ ਵਕਤ ਕਿਰੇ ਆਏਗਾ ਉਦੋਂ ਹੀ ਸਾਨੂੰ ਕਰਤਾਰ ਚੇਤੇ ਆ ਰਹੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਆਦਤ ਦੀ ਗੱਲ ਕਰਦੇ ਪਿਆਗੇ ਸਵਾਸ ਸਵਾਸ ਹਰ ਨਾਮ ਜਪੋ ਇੱਕ ਸਵਾਸ ਨਾ ਬਿਰਥਕ ਹੋਏ ਹਰ ਸਾਹ ਦੇ ਨਾਲ ਪਰਮੇਸ਼ਰ ਨੂੰ ਜਪਣਾ ਹੈ ਤਾਂ ਪੰਕਤੀਆਂ ਦਾ ਅਰਥ ਕਰਨੇ ਬੜੇ ਸੌਖੇ ਹੈਗੇ ਇਹ ਤਾਂ ਇੱਕ ਸਟੂਡੈਂਟ ਵੀ ਕਰ ਦੇਗਾ ਜੋ ਮਸ਼ੀਨਰੀ ਕਾਲਜ ਵਿੱਚ ਪੜ੍ਹਦੇ ਮਸ਼ੀਨਰੀ ਵਿਜਿਟਕਸਾਲ ਵਿੱਚ ਮਿੰਟਾਂ 'ਚ ਕਰ ਦੇਣਗੇ ਅਸੀਂ ਅਰਥ ਨਹੀਂ ਸਾਧ ਸੰਗਤ ਜੀ ਸੁਣਨੇ ਅਸੀਂ ਆਪਣੇ ਜੀਵਨ ਦੇ ਵਿੱਚ ਢਾਲਣਾ ਹੈਗਾ ਪਤਾ ਨਹੀਂ ਕਿੰਨੇ ਵਾਰ ਕਥਾ ਹੋ ਗਈ ਇਹ ਕਿੰਨੇ ਵਾਰ ਹੋ ਜਾਏਗੀ ਜੇ ਸਾਡੇ ਜੀਵਨ ਦੇ ਵਿੱਚ ਹੀ ਨਾ ਆਇਆ ਤਾਂ ਫਿਰ ਸਾਧ ਸੰਗਤ ਜੀ ਫਾਇਦਾ ਕੀ ਹੋਏਗਾ ਅਸੀ ਕਥਾ ਸੁਣਦੇ ਸੁਣਦੇ ਕਥਾ ਮੈਂ ਹੋ ਜਾਈਏ ਗੁਰੂ ਨਾਨਕ ਜਪਦੇ ਜਪਦੇ ਗੁਰੂ ਨਾਨਕ ਮੈਂ ਹੋ ਜਾਈਏ ਜਦੋਂ ਸਾਡਾ ਵਕਤ ਖੀਰੇ ਆਵੇ ਪਤਾ ਤਾਂ ਨਹੀਂ ਕਦੋਂ ਆਏਗਾ ਪਰ ਉਦੋਂ ਵੀ ਸਾਡੇ ਹਿਰਦੇ ਦੇ ਵਿੱਚ ਗੁਰਨਾਨਕ ਪਾਤਸ਼ਾਹ ਦੀ ਯਾਦ ਹੋਣੀ ਚਾਹੀਦੀ ਹੈ ਪਰ ਸਾਨੂੰ ਡਰ ਲੱਗੇਗਾ ਨਹੀਂ ਲੱਗੇਗਾ ਨਾ ਸੋ ਭਾਈ ਮਰਦਾਨਾ ਜਦੋਂ ਗੁਰੂ ਨਾਨਕ ਗੁਰੂ ਨਾਨਕ ਗੁਰੂ ਨਾਨਕ ਕਰ ਰਹੇ ਉਹਨੇ ਚੱਕ ਕੇ ਤੇਲ ਦੇ ਕੜਾਹੇ ਦੇ ਵਿੱਚ ਮਾਰਿਆ ਦੇਖੋ ਸਾਹਸੰਗਤ ਜੀ ਤਪ ਦਾ ਕੜਾਹਾ ਹੈਗਾ ਏਵੇਂ ਨਿਕ ਗੁਰੂ ਨਾਨਕ ਪਾਸ਼ਾ ਨੇ ਸ਼ਾਂਤ ਕਰਦਾ ਤਪ ਰਿਹਾ ਉਹਦਾ ਟੈਸਟ ਸੀਗਾ ਪਰ ਭਾਈ ਮਰਦਾਨਾ ਨੇ ਗੁਰੂ ਨਾਨਕ ਪਾਸ਼ਾ ਦਾ ਲੜ ਨਹੀਂ ਛੱਡਿਆਗਾ ਉਹਨਾਂ ਨੇ ਲੜ ਨਹੀਂ ਛੱਡਿਆ ਚੇਤੇ ਕਰਦਾ ਪਿਆ ਜਦੋਂ ਤਪ ਦੇ ਕੜਾਹੇ ਨਾਲ ਭਾਈ ਮਰਦਾਨੇ ਦਾ ਸਰੀਰ ਸਪਰਸ਼ ਹੋਇਆ ਠੰਡਾ ਹੋ ਗਿਆ ਰਾਜਾ ਜਨਕ ਖੜਾ ਹੈ ਨਰਕਾਂ ਦੇ ਵਿੱਚੋਂ ਆਵਾਜ਼ ਆ ਰਹੀ ਹੈ ਜਦੋਂ ਨਰਕਾਂ ਦੇ ਵਿੱਚ ਰਾਜੇ ਜਨਕ ਨੇ ਪੈਰ ਪਾਇਆ ਸਭ ਸ਼ਾਂਤ ਹੋ ਗਏ ਐਸਾ ਗੁਰਸਿੱਖ ਦਾ ਜੀਵਨ ਹੋਣਾ ਚਾਹੀਦਾ ਸੋ ਸਤਗੁਰ ਸੱਚੇ ਪਾਤਸ਼ਾਹ ਜੀ ਵੇਖ ਰਹੇ ਨੇ ਤੇ ਬਿਲਕੁਲ ਠੰਡਾ ਹੋ ਗਿਆ ਕੜਾਹਾ ਤੇ ਕਵੀ ਕਹਿ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਨੇ ਜਸ ਰੂਪ ਗੁਰ ਤਬੇ ਦਿਖਾਇਆ ਦੇਖਤ ਰਾਖਸ਼ ਬਾਕੇ ਲਾਇਆ ਰਾਖਸ਼ ਬੜਾ ਹੈਰਾਨ ਐਨਾ ਤੱਤਾ ਤੇਲ ਸਿਕੰਟਾਂ ਤੋਂ ਪਹਿਲੇ ਠੰਡਾ ਹੋ ਗਿਆ ਹੈਰਾਨ ਹੋ ਗਿਆ ਤੇ ਉਸੇ ਸਮੇਂ ਕੋਡੇ ਰਾਖਸ਼ ਨੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਦ੍ਰਿਸ਼ਟੀਗੋਚਰ ਹੋ ਗਏ ਨજર ਆਣ ਲੱਗ ਗਿਆ ਦੇਖਦਾ ਹੈ ਕਿ ਇੱਕ ਨੂੰ ਤਾਂ ਮੰਨਿਆ ਪਿਆ ਸੀ ਦੋ ਮੇਰੇ ਕੋਲ ਖੜੇ ਪਤਾ ਨਹੀਂ ਕਦੋਂ ਆ ਗਏ ਨੇ ਕਿ ਧੰਸ ਆਇਓ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਦੇਖ ਕੇ ਕੌਡਾ ਰਕਸ਼ ਬੋਲਦਾ ਕੋ ਹੈ ਤੂੰ ਕਹਤੇ ਚਲ ਆਇਓ ਤਪ ਤ ਕਰਾਹਾ ਜਿਨ ਸਿਤ ਲਾਇਓ ਕੋਣ ਭਈ ਤੁਸੀਂ ਕਿੱਥੋਂ ਆ ਗਏ ਐਡਾ ਵੱਡਾ ਤਪਦਾ ਕੜਾਹਾ ਤੁਸੀਂ ਇੱਕ ਛਣ ਦੇ ਵਿੱਚ ਠੰਡਾ ਠਾਰ ਕਰ ਦਿੱਤਾ ਬੇਕਸੇ ਸ੍ਰੀ ਮੁਖ ਬਚਨ ਬਖਾਨਾ ਕੋਡਾ ਕਰ ਇਹ ਕੋ ਖਾਨਾ ਸਤਿਗੁਰ ਸੱਚੇ ਪਾਸ਼ਾ ਜੀ ਬਚਨ ਕਰਨ ਲੱਗੇ ਮੁਸਕਰਾ ਕੇ ਕੋਡਿਆ ਤੂੰ ਖਾਣ ਲੱਗਿਆ ਸੀਗਾ ਇਹਨੂੰ ਕਿਉਂ ਭਖਨ ਮੈਂ ਕੀਨੀ ਦੇਰੀ ਬਿਨਾ ਤੇਲ ਪਖ ਭੋਜਨ ਤੇਰੀ ਅਗਰ ਤੂੰ ਨਹੀਂ ਤਲ ਸਕਿਆ ਤਾਂ ਵੀ ਖਾਲਕ ਕੀ ਫਰਕ ਪੈਂਦਾ ਤੈਨੂੰ ਤੂੰ ਮਰਦਾਨੇ ਨੂੰ ਖਾਣ ਵਾਸਤੇ ਲਿਆਂਦਾ ਸੀ ਨਾ ਕੜਾਹਾ ਤਾਂ ਹੀ ਤਾਂ ਤਪਾਇਆ ਸੀ ਕੋਈ ਗੱਲ ਨਹੀਂ ਤੂੰ ਹੁਣ ਖਾ ਲੈ ਖਾਣ ਦੀ ਕੋਸ਼ਿਸ਼ ਕਰ ਬਿਸਮਯੋ ਰਾਖਿ ਸਵਾ ਕਿਉ ਚਾਰਾ ਤੁਮ ਕਿਉ ਜਾਣਤ ਨਾਮ ਹਮਾਰਾ ਕੋੜਾ ਰਾਖ ਬੜਾ ਹੈਰਾਨ ਹੋਇਆ ਕਹਿਣ ਲੱਗਿਆ ਤੁਸੀਂ ਮੇਰਾ ਨਾਮ ਕਿਵੇਂ ਜਾਣਦੇ ਹੋ ਮੇਰਾ ਨਾਮ ਤੁਸੀਂ ਕਿਵੇਂ ਜਾਣਦੇ ਹੋ ਮੈਂ ਤੁਹਾਨੂੰ ਪਹਿਲਾਂ ਨਹੀਂ ਮਿਲੇ ਤੁਸੀਂ ਮੈਨੂੰ ਕਦੇ ਪਹਿਲਾਂ ਨਹੀਂ ਮਿਲੇ ਹੈਗੇ ਪੂਰਬ ਕਬੈ ਨ ਮਿਲਣਾ ਪਇਓ ਅਬੈ ਸਰੂਪ ਬਲੋਕਿਉ ਨਯੋ ਨਾ ਪਹਿਲਾ ਮੁਲਾਕਾਤ ਹੋਈ ਨਾ ਗੱਲਬਾ ਤੁਹਾਡੀ ਸੁਣੀ ਨਾ ਮੈਂ ਤੁਸੀ ਸੁਣਿਆ ਪਹਿਲੀ ਵਾਰ ਮਿਲ ਰਹੇ ਹਾਂ ਤੁਸੀਂ ਮੇਰੇ ਬਾਰੇ ਕਿਵੇਂ ਜਾਣਦੇ ਹੋ ਦੋਹਰਾ ਅਸਪ੍ਰਕਾਰ ਮੁਖ ਕਹਿਤ ਹੀ ਉਪਜਿਓ ਪੂਰਬ ਗਿਆਨ ਦਰਸ਼ਨ ਕੇ ਪਰਤਾਪਤੇ ਭਈ ਸਰਾਪ ਕੀ ਹਾਨ ਕਹਿੰਦੇ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਜਦੋਂ ਗੱਲ ਕੀਤੀ ਨਾ ਉਹਦੇ ਹਿਰਦੇ ਵਿੱਚ ਜੋ ਅਗਿਆਨਤਾ ਸੀ ਸਾਧ ਸੰਗਤ ਜੀ ਜੋ ਮੈਲ ਸੀਗੀ ਉਹ ਖਤਮ ਹੋ ਗਈ ਉਸ ਨੂੰ ਆਪਣੇ ਪਿਛਲੇ ਜਨਮ ਦਾ ਗਿਆਨ ਹੋ ਗਿਆ ਕੌਡੇ ਰਾਖਸ਼ ਨੂੰ ਕਿ ਮੈਂ ਪਿੱਛੇ ਜਨਮ ਦੇ ਵਿੱਚ ਕੀ ਸੀਗਾ ਚੌਬਈ ਸੁਦਕੋ ਪਾਏ ਮੁਕਰ ਨਿਜਲ ਆਇਓ ਸ਼ਿਰਿ ਆਗੇ ਤਰ ਕਰ ਦਿਖਲਾਇਓ ਮੁਕਰ ਕਹਿੰਦੇ ਸ਼ੀਸ਼ਾ ਜਦੋਂ ਨੂੰ ਪਤਾ ਲੱਗਿਆ ਨਾ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਆਸ਼ੇ ਨੂੰ ਸਮਝਦਾ ਹੋਇਆ ਉਹ ਸ਼ੀਸ਼ਾ ਲਿਆਉਂਦਾ ਤੇ ਸਤਿਗੁਰਾਂ ਦੇ ਅੱਗੇ ਰੱਖਦਾ ਹੈਗਾ ਜਬ ਪ੍ਰਤਿਬਿੰਬ ਦੇਖ ਮੁਖ ਕੇਰਾ ਪਰਿਓ ਚਰਨ ਪਰ ਹੈ ਬਿਨ ਦੇਰਾ ਕਹਿੰਦੇ ਦੇਖਿਆ ਉਹਨੇ ਆਪਣਾ ਪ੍ਰਤਿਬਿੰਬ ਅਕਸ਼ ਆਪਣੇ ਆਪ ਨੂੰ ਦੇਖ ਕੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਡਿੱਗ ਪਿਆ ਨਮਸਕਾਰ ਕਰਦਾ ਹੈ ਬੰਦਨ ਕਰਦਾ ਹੈ ਆਪਣੇ ਭੁੱਲ ਬਖਸ਼ਾਉਂਦਾ ਕਰ ਬੰਦਨ ਹੋਇਓ ਪੁਨ ਠੰਡਾ ਮਨ ਅਨੁਰਾਗ ਅਧਿਕ ਜਹ ਬਾਡਾ ਪ੍ਰੇਮ ਪਰਗੇ ਹਿਰਦੇ ਵਿੱਚ ਅੱਖਾਂ ਦੇ ਵਿੱਚੋਂ ਹੰਝੂ ਵਗਦੇ ਪਏ ਨੇ ਸਤਿਗੁਰਾਂ ਦੀ ਉਸਤਤ ਕਰਦਾ ਹੈ ਗਲਾ ਪਰ ਆਇਆ ਇਤਨਾ ਪ੍ਰੇਮ ਉਹਦੇ ਹਿਰਦੇ ਦੇ ਵਿੱਚ ਆ ਗਿਆ ਬੰਦ ਹਾਥ ਦੁਐ ਗੁਰੂ ਅਗਾਰੇ ਗਦਗਦ ਗਿਰਾ ਹਰਖਿ ਔਰ ਪਾਰੇ ਬੇਨਤੀ ਕਰਦਾ ਹੈ ਕਾਮਲ ਬਦਨ ਬੂਝੈ ਤਹ ਜਾਇ ਬ੍ਰਤਾ ਆਪਨੀ ਦਿਹੋ ਬਤਾਈ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਚਨ ਕੀਤਾ ਭਾਈ ਤੇਰਾ ਇਹ ਹਾਲ ਕਿਵੇਂ ਹੋਇਆ ਇਹ じゃ ਕੀ ਅਪਰਾਧ ਕੀਤਾ ਤੂੰ ਰਕਸ਼ ਬਣ ਗਿਆ ਹੁਣ ਜਿਵੇਂ ਕੋਈ ਜੇਲ ਦੇ ਵਿੱਚ ਹੋਵੇ ਤਾਂ ਪੁੱਛਦਾ ਭਾਈ ਤੂੰ ਇਹ じゃ ਕੀ ਕੰਮ ਕੀਤਾ ਜਿਹੜਾ ਤੈਨੂੰ ਜੇਲ ਜਾਣਾ ਪੈ ਗਿਆ ਕੋਈ ਮਾੜਾ ਕੰਮ ਕੀਤਾ ਹੋਏ ਤਾਂ ਹੀ ਆ ਰਹੇ ਨਾ ਹੁਣ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਬਚਨ ਕਰਦੇ ਆ ਕਹਿੰਦੇ ਦੱਸ ਪੂਰਬ ਦੇਹੋ ਰਜਾਏ ਗੁਣ ਮੰਦਰ ਆਨੋ ਪੇਟ ਮਧੁਰ ਫਲ ਸੁੰਦਰ ਦੇਖੋ ਕਿੰਨਾ ਸਿਆਣਾ ਕੋਡਾ ਰਕਸ਼ ਸਿਆਣਾ ਬਹੁਤ ਹੈ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੁੱਛਿਆ ਕਿ ਸਾਨੂੰ ਦੱਸਣਾ ਕਰ ਵੀ ਤੈਨੂੰ ਇਹ ਦੁਰਗਤੀ ਕਿਉਂ ਪ੍ਰਾਪਤ ਹੋਈ ਕਹਿੰਦਾ ਮਹਾਰਾਜ ਪਹਿਲਾਂ ਮੈਨੂੰ ਆਗਿਆ ਦਿਓ ਇਹ ਗੱਲ ਤਾਂ ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗਾ ਪਹਿਲਾਂ ਮੈਂ ਤੁਹਾਡੇ ਵਾਸਤੇ ਮਿੱਠੇ ਮਿੱਠੇ ਫਲ ਲੈ ਕੇ ਆਵਾਂ ਤੁਹਾਨੂੰ ਭੇਟ ਕਰਨੇ ਦੇਖੋ ਉਹਨੂੰ ਕਿੰਨੀ ਸਮਤ ਹੈ ਕਿ ਗੁਰੂ ਨੂੰ ਭੇਟ ਕਰਨਾ ਗੁਰੂ ਫਲਾਂ ਫਰੂਟਾਂ ਦਾ ਪੈਸੇ ਥੇਲੇ ਕੱਪੜੇ ਦਾ ਭੁੱਖਾ ਨਹੀਂ ਹੈਗਾ ਗੋਬਿੰਦ ਭਾਉ ਭਗਤ ਦਾ ਭੁੱਖਾ ਪਰ ਫਿਰ ਵੀ ਇੱਕ ਰੀਤ ਇੱਕ ਮਰਿਆਦਾ ਹੈਗੀ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਮੈਂ ਆਪਣੇ ਬਾਰੇ ਸਾਰਾ ਕੁਝ ਦੱਸੂਗਾ ਤੁਹਾਡੇ ਹੁਕਮ ਦੇ ਅਨੁਸਾਰ ਪਰ ਪਹਿਲਾਂ ਮੈਨੂੰ ਆਗਿਆ ਦਿਓ ਮੈਂ ਆਪ ਜੀ ਦੇ ਵਾਸਤੇ ਮਿੱਠੇ ਮਿੱਠੇ ਸੋਹਣੇ ਸੋਹਣੇ ਫਲ ਲੈ ਕੇ ਆਮਾ ਬਹੁ ਰੋ ਉਚਰੋ ਆਪਣੀ ਗਾਥਾ ਜਿਸ ਪ੍ਰਕਾਰ ਬੀਤੀ ਮੁਝ ਸਾਥ ਫਿਰ ਮੈਂ ਆਪ ਜੀ ਨੂੰ ਬੇਨਤੀ ਕਰਕੇ ਦੱਸਾਂਗਾ ਕਿ ਮੇਰੇ ਨਾਲ ਕੀ ਹੋਇਆ ਆਇਸ ਪਾਏ ਗयो ਬਨ ਮਾਹੀ ਜੇਠਾਂ ਸੁਫਲੇ ਬਿਪੜ ਸੁਹਾਹੀ ਆਗਿਆ ਲੈ ਕੇ ਕੋਡਾ ਰਕਸ਼ ਉਥੇ ਪਹੁੰਚਾ ਜਿੱਥੇ ਬਹੁਤ ਵੱਡੇ ਵੱਡੇ ਫਲਾਂ ਦੇ ਲੱਦੇ ਹੋਏ ਦਰਖਤ ਖੜੇ ਸਨ ਬੀਨ ਬੀਨ ਕਹਿ ਮਧੁਰ ਆਨੈ ਜਿਨਾਂ ਦੇਖ ਮਨ ਮਨ ਲਲਚਾਨੇ ਬੜੇ ਮਿੱਠੇ ਮਿੱਠੇ ਬੜੇ ਸੁੰਦਰ ਫਲ ਸਤਿਗੁਰਾਂ ਦੇ ਵਾਸਤੇ ਕੋਡਾ ਰਾਖਸ਼ ਗੁਰੂ ਪਿਆਰੀ ਸਾਧ ਸੰਗਤ ਜੀ ਚੁਣ ਚੁਣ ਕੇ ਲੈ ਕੇ ਆਇਆ ਸਰਬਤਰੇ ਜਬ ਗੁਰੂ ਅਗਾਰੀ ਬਿਗਸ ਬਦਨ ਤੇ ਗਿਰਾ ਉਚਾਰੀ ਸਾਰੇ ਫਲ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਰਖੇ ਤੇ ਬੇਨਤੀ ਕਰਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਦ ਫਲ ਰੱਖੇ ਤਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨੂੰ ਬਚਨ ਕੀਤਾ ਮਰਦਾਨਾ ਆਪਣਾ ਗੁਰ ਮੰਨੋ ਫਲ ਤਰ ਅੱਗੇ ਬੰਦਨ ਠਾਨੋ ਭਾਈ ਮਰਦਾਨਾ ਤੇਰਾ ਗੁਰੂ ਹੈ ਇਹਦੇ ਅੱਗੇ ਫਲ ਰੱਖ ਇਹਦੇ ਅੱਗੇ ਫਲ ਰੱਖ ਤੇ ਮਰਦਾਨੇ ਨੂੰ ਮੱਥਾ ਟੇਕ ਪੂਜਾ ਕੀ ਚੈ ਹੋਏ ਉਦਾਰਾ ਸੁਨ ਕੋਡੇ ਪੁਨ ਬਚਨਿਓ ਚਿਆਰਾ ਸਤਗੁਰੂ ਜੀ ਬਚਨ ਕਰਦੇ ਇਹਦੀ ਪੂਜਾ ਕਰ ਮਰਦਾਨੇ ਦੀ ਤੇਰਾ ਗੁਰੂ ਐ ਤੇ ਫਿਰ ਤੇਰਾ ਭਲਾ ਹੋਏਗਾ ਇਹ ਸੁਣ ਕੇ ਕੋਡੇ ਨੇ ਫਿਰ ਬੇਨਤੀ ਕੀਤੀ ਸੀਸ ਮੁਕਟ ਅਬ ਹੈ ਇਹ ਮੇਰਾ ਜਾ ਕੇ ਮਿਲੇ ਆਨੰਦ ਕਨੇਰਾ ਇਹ ਭਾਈ ਮਰਦਾਨਾ ਜੀ ਮੇਰੇ ਸਿਰ ਦੇ ਮੁਕਟ ਨੇਗੇ ਮੈਂ ਇਹਨਾਂ ਨੂੰ ਗੁਰੂ ਕਰਕੇ ਮੰਨਾਂਗਾ ਇਹ ਭਾਈ ਮਰਦਾਨਾ ਜੀ ਦੇ ਦਰਸ਼ਨ ਕਰਕੇ ਮੈਨੂੰ ਬੜਾ ਆਨੰਦ ਪ੍ਰਾਪਤ ਹੋਇਆ ਕਿਉਂ ਆਨੰਦ ਪ੍ਰਾਪਤ ਹੋਇਆ ਜੋ ਅਗਿਆਨ ਮੈਲ ਦਾ ਪਰਦਾ ਸੀ ਉਹ ਖਤਮ ਹੋ ਗਿਆ ਦਵੇਸ਼ ਖਤਮ ਹੋ ਗਿਆ ਈਰਖਾ ਖਤਮ ਹੋ ਗਈ ਹੈ ਹੁਣ ਭਾਈ ਮਰਦਾਨੇ ਦੇ ਪ੍ਰਤੀ ਉਹਦਾ ਬੜਾ ਹੀ ਸਾਥ ਸੰਗਜ ਪ੍ਰੇਮ ਪਾਵ ਹੈ ਹਰ ਖਤ ਹੈ ਬੋਲਿਓ ਮਰਦਾਨਾ ਸਭ ਪ੍ਰਾਪਤ ਮੁਝ ਹੈ ਗਤਿ ਦਾਨਾ ਦੇਖੋ ਕਿ ਭਾਈ ਮਰਦਾਨਾ ਜੀ ਦੀ ਨਿਮਰਤਾ ਕਹਿੰਦੇ ਮਹਾਰਾਜ ਮੈਨੂੰ ਸਾਰਾ ਕੁਝ ਮਿਲ ਗਿਆ ਸਾਰਾ ਕੁਝ ਪਹੁੰਚ ਗਿਆ ਤੁਹਾਡੀ ਪੂਜਾ ਹੋਗੀ ਮੇਰੀ ਪੂਜਾ ਹੋਗੀ ਤੁਹਾਨੂੰ ਇਹਨ ਗੁਰੂ ਮੰਨ ਲਿਆ ਮੈਨੂੰ ਗੁਰੂ ਮੰਨ ਲਿਆ ਇੱਕੋ ਹੀ ਗੱਲ ਹੈ ਗੁਰੂ ਸਭ ਦੇ ਤੁਸੀਂ ਹੋਗੇ ਬਖਸ਼ੋ ਖਤਾ ਕਿਨ ਮੈਂ ਭਾਰੀ ਮੇਟਨ ਕਰੀ ਰਜਾਈ ਤੁਮਾਰੀ ਪਰ ਕੋਡੇ ਤੋਂ ਪਹਿਲਾਂ ਮੈਨੂੰ ਮਾਫ ਕਰੋ ਕੋੜੇ ਨਾਲ ਤਾਂ ਬਾਅਦ ਚੋ ਗੱਲ ਕਰੋ ਪਹਿਲਾਂ ਮੇਰੇ ਨਾਲ ਗੱਲ ਕਰੋ ਕਿਉਂਕਿ ਮੈਂ ਜੋ ਗਲਤੀ ਕੀਤੀ ਹੈ ਨਾ ਉਹਨੂੰ ਮaaf ਕਰ ਦਿਓ ਬਾਬਾ ਨਾਨਕ ਅੱਗੇ ਤੋਂ ਮੇਰੇ ਤੇ ਅਸੀ ਗਲਤੀ ਨਾ ਹੋਵੇ ਨਿਜ ਪਰਸੰਨ ਤਾਂ ਮੋ ਪਰ ਕੀਜੈ ਸਦਾ ਸੰਗ ਅਬ ਮੁਝੈ ਰਖੀਜੈ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ ਮੇਰੀ ਗਲਤੀ ਮaaf ਕਰ ਦਿਓ ਅਤੇ ਮੇਰੇ ਤੇ ਮਿਹਰ ਭਰਿਆ ਹੱਥ ਰੱਖਦੇ ਹੋਏ ਸਦਾ ਮੈਨੂੰ ਆਪਣੇ ਚਰਨਾਂ ਦੇ ਵਿੱਚ ਰੱਖਣਾ ਕਰੋ। ਸ਼੍ਰੀ ਮੁਖ ਕਹੈ ਸਦਾ ਸੁਪਰਸੰਨਾ ਤੂੰ ਸੰਗ ਰਹੁ ਸਦਾ ਸੁਖ ਮੰਨਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪ੍ਰਸੰਨ ਹੋ ਕੇ ਬਚਨ ਕੀਤਾ ਮਰਦਾਨਿਆਂ ਆਹ ਤੈਨੂੰ ਮਾਫ ਕਿਵੇਂ ਕਰ ਸਕਦੇ ਆ ਕਿਉਂਕਿ ਸਾਡੀ ਨਜ਼ਰ ਦੇ ਵਿੱਚ ਤੂੰ ਕੋਈ ਗਲਤ ਕੰਮ ਕੀਤਾ ਹੀ ਨਹੀਂ ਹੈਗਾ। ਅਸੀਂ ਤੈਨੂੰ ਕਸੂਰਵਾਰ ਨਹੀਂ ਸਮਝਦੇ ਤੂੰ ਸਾਡਾ ਮਿੱਤਰ ਪਿਆਰਾ ਹੈ ਤੇ ਦੋਸਤੀ ਮਿੱਤਰਤਾ ਦੇ ਵਿੱਚ ਕੀ ਧੰਨਵਾਦ ਕੀ ਮਾਫ ਕਰਨਾ ਜੇ ਤੇ ਦੋਸਤੀ ਦਿਲਾਂ ਦੀ ਹੋਵੇ ਨਾ ਦਿਲਾਂ ਤੋਂ ਦੋਸਤੀ ਹੋਵੇ ਨਾ ਉਥੇ ਥੈਂਕ ਯੂ ਕਿਹਾ ਜਾਂਦਾ ਨਾ ਉਥੇ ਸੌਰੀ ਕਿਹਾ ਜਾਂਦਾ ਇਹ ਤਾਂ ਸਾਥ ਸੰਗਤ ਜੀ ਪਰਾਇਆ ਨੂੰ ਆਖਿਆ ਜਾਂਦਾ ਥੈਂਕ ਯੂ ਜੀ ਮਾਫ ਕਰਦੇ ਹੋ ਜੀ ਆਪਣੇ ਨੂੰ ਨਹੀਂ ਆਖਿਆ ਜਾਂਦਾ ਮਰਦਾਨਿਆ ਤੂੰ ਮੇਰਾ ਮਿੱਤਰ ਪਿਆਰਾ ਹੈ ਤੇਰੇ ਅੱਗੇ ਕੀ ਖਤਾ ਕੀ ਮਾਫੀ ਕਰਨੀ ਅਸੀਂ ਸਦਾ ਹੀ ਤੇਰੇ ਤੇ ਪ੍ਰਸੰਨ ਹਾਂ ਸ਼ੋਦਾ ਲੱਗੀ ਹੈ ਮੈਂ ਤੁਜ ਕੋ ਤਾਂ ਖਾਓ ਮਧੁਰ ਫਲ ਕੋ ਤ੍ਰਿਪਤਾਈ ਤੂੰ ਬਾਕੀ ਗੱਲਾਂ ਛੱਡ ਮਰਦਾਨਿਆ ਆ ਫਲ ਖਾ ਤੈਨੂੰ ਭੁੱਖ ਲੱਗੀ ਹੋਈ ਹੈ ਨਾ ਤੈਨੂੰ ਭੁੱਖ ਬੜੀ ਛੇਤੀ ਲੱਗ ਜਾਂਦੀ ਹੈ ਤੋ ਜਿਹੜਾ ਇਹ ਫਲ ਪਿਆ ਤੂੰ ਇਹਨਾਂ ਨੂੰ ਛਕਣਾ ਕਰ ਮੈਂ ਆਇਸ ਲੈ ਕਰ ਤਹ ਕਾਲਾ ਜੇ ਫਲ ਸੁੰਦਰ ਮਧੁਰ ਬਸਾਲਾ ਕਹਿੰਦੇ ਮੈਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਆਸ਼ਾ ਸਮਝਦਾ ਹੋਇਆ ਭਾਈ ਬਾਲਾ ਕਹਿੰਦਾ ਉਹ ਸਾਰੇ ਦੇ ਸਾਰੇ ਫਲ ਚੁੱਕ ਕੇ ਧਰੇ ਗੁਰੂ ਆਗੇ ਰਸ ਪੂਰੇ ਪੁਨ ਮਰਦਾਨੇ ਕੋ ਦੀਏ ਰੂਰੇ ਉਹ ਸਾਰੇ ਫਲ ਚਾਕੇ ਗੁਰੂ ਨਾਨਕ ਪਾਸ਼ਾ ਜੀ ਦੇ ਅੱਗੇ ਰੱਖੇ ਭਾਈ ਬਾਲਾ ਜੀ ਨੇ ਤੇ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਨੇ ਉਹਨਾਂ ਫਲਾਂ ਦੇ ਵਿੱਚੋਂ ਭਾਈ ਮਰਦਾਨਾ ਜੀ ਨੂੰ ਆਪਣੇ ਹੱਥੀਂ ਫਲ ਦਿੱਤੇ ਛਕਣ ਵਾਸਤੇ ਨਿਜ ਆਹਾਰ ਮੈਂ ਲੀਨ ਬਹੋਰੀ ਅਚੇ ਮਦਰਫਨ ਸਾਧਨ ਨ ਥੋਰੀ ਸਤਿਗੁਰਾਂ ਨੇ ਮੈਨੂੰ ਬਚਨ ਕੀਤਾ ਤੇ ਫਿਰ ਸਤਿਗੁਰਾਂ ਦੀ ਆਗਿਆ ਅਸ਼ੀਰਵਾਦ ਪਾ ਕੇ ਮਰਦਾਨੇ ਅਤੇ ਭਾਈ ਬਾਲੇ ਨੇ ਫਲ ਛਕਣੇ ਕੀਤੇ ਫਲ ਜੇ ਹੋਤੇ ਆਗੇ ਸੁਖਦਾਇ ਜੋ ਉਚਾਈਂ ਦੀ ਰਾਕਸ਼ਤਾਹੀਂ ਜੋ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਦੇ ਅੱਗੇ ਫਲ ਪਏ ਸਨ ਉਹ ਸੰਗਤ ਜੀ ਉਸ ਕੋਡੇ ਰਾਖਸ਼ ਨੂੰ ਸਤਿਗੁਰ ਸੱਚੇ ਪਾਸ਼ਾ ਜੀ ਦੇ ਹੁਕਮ ਦੇ ਅਨੁਸਾਰ ਦਿੱਤੇ ਗਏ ਜਦ ਕੋਡੇ ਕੀ ਮੁਖ ਮੈਂ ਪਾਵਨ ਤਤਸ਼ਣ ਕਰੀ ਦੇਹ ਪਲਟਾਵਣ ਜਦ ਕੋਡੇ ਰਾਖਸ਼ ਨੇ ਫਲ ਪਾਇਨਾ ਆਪਣੇ ਮੂੰਹ ਵਿੱਚ ਛਕੇ ਉਹਦਾ ਸ਼ਰੀਰ ਬਦਲ ਗਿਆ ਕਿਉ ਗੁਰੂ ਨਾਨਕ ਪਾਤਸ਼ਾਹ ਜੀ ਦਾ ਭੋਗ ਲੱਗਿਆ ਫਲ ਨੂੰ ਭੋਗ ਲੱਗਣਾ ਕਈ ਤਰ੍ਹਾਂ ਦਾ ਹੁੰਦਾ ਹੈ ਸਾਧ ਸੰਗਤ ਜੀ ਅਰਥਾਤ ਗੁਰੂ ਦੀ ਦ੍ਰਿਸ਼ਟੀ ਪੈ ਜਾਂਦੀ ਹੈ ਤਾਂ ਵੀ ਭੋਗ ਲੱਗ ਜਾਂਦਾ ਹੈ ਗੁਰੂ ਛਕ ਲਵੇ ਤਾਂ ਵੀ ਭੋਗ ਲੱਗ ਜਾਂਦਾ ਹੈ ਗੁਰੂ ਹੱਥ ਲਾ ਦੇਵੇ ਤਾਂ ਵੀ ਭੋਗ ਲੱਗ ਜਾਂਦਾ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੰਗਤਾਂ ਆਉਂਦੀਆਂ ਪ੍ਰਸ਼ਾਦ ਲੈ ਕੇ ਸਤਿਗੁਰੂ ਕਈ ਵਾਰ ਨਹੀਂ ਛਕਣ ਦੀ ਇੱਛਕੋਂ ਦੇ ਹੱਥ ਲਾ ਦਿੰਦੇ ਆ ਕਈ ਵਾਰ ਸਤਿਗੁਰੂ ਦ੍ਰਿਸ਼ਟੀ ਪਾ ਦਿੰਦੇ ਆ ਤੇ ਕਈ ਵਾਰ ਛਕ ਲੈਂਦੇ ਆ ਜੇ ਦ੍ਰਿਸ਼ਟੀ ਲੱਗਿਆ ਭੋਗ ਭੋਗ ਨਹੀਂ ਹੁੰਦਾ ਤਾਂ ਗੁਸਤਾਖੀ ਮaaf ਕਰ ਦੇਣਾ ਲੋਹੇ ਦੇ ਕੌਲ ਦੇ ਵਿੱਚ ਪਾਣੀ ਤੇ ਪਤਾਸੇ ਪਾਏ ਫਿਰ ਅੰਮ੍ਰਿਤ ਕਿਵੇਂ ਬਣਦੇ ਆ ਉੱਥੇ ਦ੍ਰਿਸ਼ਟੀ ਪੈਂਦੀ ਨਾ ਬਾਣੀ ਨਿਕਲਦੀ ਤੇ ਸਿੰਘਾਂ ਦੀ ਦ੍ਰਿਸ਼ਟੀ ਪੈਂਦੀ ਹੈ ਪੰਜ ਸਿੰਘ ਅਰਥਾਤ ਕਲਗੀਧਰ ਪਿਤਾ ਕਲਗੀਧਰ ਪਿਤਾ ਪੰਜ ਸਿੰਘਾਂ ਦੇ ਰੂਪ ਦੇ ਵਿੱਚ ਦ੍ਰਿਸ਼ਟੀ ਪਾਉਂਦੇ ਐ ਉਹ ਪਾਣੀ ਤੇ ਪਤਾਸੇ ਪਾਣੀ ਤੇ ਪਤਾਸੇ ਨਹੀਂ ਰਹਿੰਦੇ ਅੰਮ੍ਰਿਤ ਬਣ ਜਾਂਦਾ ਹੈਗਾ ਸੰਸਾਰ ਵਿੱਚ ਜਿੰਨਾ ਮਰਜ਼ੀ ਮਿੱਠਾ ਉਹਦਾ ਟੇਸਟ ਅੰਮ੍ਰਿਤ ਦੇ ਟੇਸਟ ਦੇ ਬਰਾਬਰ ਸਵਾਦ ਦੇ ਬਰਾਬਰ ਨਹੀਂ ਹੋ ਸਕਦਾ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੌਡੇ ਰਾਖਸ਼ ਨੂੰ ਫਲ ਦਿੱਤੇ ਉਹਨੇ ਛਕੇ ਉਹਦੀ ਦੇਹ ਬਦਲੀ ਗੀ ਗੁਰੂ ਪਿਆਰੇ ਸਾਧ ਸੰਗਤ ਜੀ ਕਿਵੇਂ ਬਦਲੀ ਜਿਵੇਂ ਗੁਰੂ ਅਮਰਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਪ੍ਰੇਮੇ ਕੋੜੀ ਦੀ ਦੇਹ ਬਦਲੀ ਸੀਗੀ ਜਿਹਦਾ ਨਾਮ ਸੀਗਾ ਮਥੋ ਮੁਰਾਰੀ ਬਾਦ ਚੋ ਪਿਆਗਾ ਮੁਰਾਰੀ ਉਹਦਾ ਨਾਮ ਸੀ ਮਥੋ ਦੀ ਘਰ ਵਾਲੀ ਦਾ ਨਾਮ ਸੀਗਾ ਗੁਰੂ ਸਭ ਕੁਝ ਕਰ ਸਕਦਾ ਹੈਗਾ ਗਿਆ ਕਸੋੜਾ ਲੱਦਾ ਫੇਰ ਸੋ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਦੀ ਕਿਰਪਾ ਪ੍ਰਾਪਤ ਹੋਈ ਉਹਦੀ ਰਾਖਸ਼ਾਂ ਵਾਲੀ ਦੇਹ ਜਾਂਦੀ ਰਹੀ ਤੇ ਹੁਣ ਸਤਗੁਰਾਂ ਨੂੰ ਕੋੜਾ ਰਕਸ਼ ਜਿਹੜਾ ਕੋੜਾ ਰਾਕਸ਼ ਨਹੀਂ ਰਿਹਾਗਾ ਉਹ ਗੁਰਮੁਖ ਬਣ ਗਿਆ ਸੰਤ ਜਨ ਬਣ ਗਿਆ ਆਪਣੇ ਪਿਛਲੇ ਜਨਮ ਦੇ ਬਾਰੇ ਕੀ ਦੱਸਦਾ ਕਿ ਮੇਰੇ ਤੋਂ ਕੀ ਗਲਤੀ ਹੋਈ ਜਿਸ ਕਰਕੇ ਮੈਂ ਸਜ਼ਾ ਭੋਗੀ ਇਹ ਕੱਲ ਦੇ دیਵਾਨਾਂ ਵਿੱਚ ਸਰਬਣ ਕਰਾਂਗੇ ਆਓ ਵਾਹਿਗੁਰੂ ਸ਼ਬਦ ਦਾ ਸਿਮਰਨ ਕਰੀਏ ਕਰੋ ਕਿਰਪਾ ਵੋ ਗੋ ਸ੍ਰੀ ਅਕਾਲ